बंदना गोपाल राय बंदना बंदना गोपाल राय बंदना मेरी 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 बंदना गोपाल राय बंदना बंदना जी मेरी बंदना जी गोपाल राय बंदना
मेरी बंदना गोपाल राय बंदना मेरी बंदना गोपाल राय बंदना मेरी बंदना गोपाल राय बंदना मेरी बंदना गोपाल राय मेरी बंदना गोपाल राय बंदना मेरी बंदना गोपाल राय बंदना मेरी बंदना जी मेरी बंदना जी बंदना जी मेरी बंदना जी बंदना जी मेरी बंदना जी मेरी बंदना गोपाल राय तुम बंदना मेरी बंदना गोपाल राय बंदना गोपाल राय बंदना मेरी बंदना गोपाल राय बंदना सागर तरिया साधु संगे निरपो नाम जप भर रंगे परतन दो किश पाप न फेड़े यम जिंदार न आवे नेड़े कृष्ण अग्नि प्रभ आप बजाई नानक उदरे प्रभ तुरनाई मेरी बंदना गोपाल राय बंदना जी मेरी बंदना मेरी बंदना गोपाल राय बंदना जी मेरी बंदना मेरी बंदना गोपाल राय बंदना जी मेरी बंदना बोला करो बीबीओ बंदना
ਮੇਰੀ ਬੰਦਨਾ ਮੰਗ ਮੰਗ ਪਾਲ ਰਾਏ ਬੰਦਨਾ ਜੀ ਮੇਰੀ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ ਜੀ ਮੇਰੀ ਬੰਦਨਾ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ ਜੀ ਮੇਰੀ ਬੰਦਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ, ਜਿੱਥੇ ਆਪ ਜੀ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੇ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੱਚੀ ਤੇ ਨਿੱਘੀ ਗੋਦ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਫਲ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰ ਉੱਥੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪਾਵਨ ਪਵਿੱਤਰ ਯਾਦ ਨੂੰ ਮੁੱਖ ਰੱਖ ਕੇ ਆਪ ਜੀ ਸਾਰਿਆਂ ਨੇ ਉਪਰਾਲਾ ਕਰਕੇ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਮਨਾਉਣਾ ਕੀਤਾ ਹੈ। ਗੁਰੂ ਕੀ ਸੰਗਤ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਕੁਝ ਹੋਰ ਹੈ। ਅਸੀਂ ਇੱਥੇ ਰਹਿਣ ਵਾਸਤੇ ਨਹੀਂ ਆਏ, ਇੱਥੇ ਬਹਿਣ ਵਾਸਤੇ ਨਹੀਂ ਆਏ, ਅਸੀਂ ਇੱਥੋਂ ਚਲਿਆ ਜਾਣਾ ਹੈ। ਦੁਨੀਆਂ ਦੇ ਵਿੱਚ ਝਾਤੀ ਮਾਰ ਕੇ ਦੇਖੋ, ਇਹ ਜਗ ਧੂੰਏ ਕਾ ਤੌਲ ਹਰ, ਜਿਵੇਂ ਧੂੰ ਦਾ ਕੋਈ ਪਹਾੜ ਨਜ਼ਰ ਆਉਂਦਾ ਹੋਵੇ। ਬਹੁਤੇ ਲੋਕ ਪਿੰਡਾਂ ਦੇ ਰਹਿਣ ਵਾਲੇ ਹਨ, ਕਈ ਵਾਰੀ ਚੁੱਲ੍ਹੇ ਦੇ ਵਿੱਚੋਂ ਧੂੰ ਨਿਕਲਦਾ ਹੈ, ਕਈ ਵਾਰੀ ਖੇਤਾਂ ਦੇ ਵਿੱਚ ਧਾਨ ਵਗੈਰਾ ਦੀ ਪਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਆਕਾਸ਼ ਦੇ ਵਿੱਚ ਬਹੁਤ ਵੱਡਾ ਪਹਾੜ ਜਿਹਾ ਨਜ਼ਰ ਆਉਂਦਾ, ਅਸਲ ਵਿੱਚ ਧੂੰ ਹੁੰਦਾ ਹੈ। ਪਾਤਸ਼ਾਹ ਕਹਿੰਦੇ ਇਹ ਜਗ ਧੂੰਏ ਕਾ ਧੌਲ ਹਰ,
ਹਵਾ ਚੱਲਦੀ ਹੈ ਤੂੰ ਉੱਡ ਜਾਂਦਾ, ਉਹਦਾ ਨਾਮੋ ਨਿਸ਼ਾਨ ਵੀ ਨਹੀਂ ਰਹਿੰਦਾ। ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਦੁਨੀਆਂ ਵੀ ਤੂੰ ਦਾ ਤੌਲਹਾਰ ਹੈ। ਕਿੰਨੀ ਦੁਨੀਆਂ ਸੰਸਾਰ 'ਤੇ ਹੋ ਕੇ ਤੁਰੀ ਲੱਗੀ ਜਾਂਦੀ ਹੈ, ਜਿਹੜੇ ਬੰਦੇ ਤੁਰ ਜਾਂਦੇ ਨੇ ਮੁੜ ਕੇ ਯਾਦ ਹੀ ਨਹੀਂ ਆਉਂਦੇ, ਕੁਝ ਸਮੇਂ ਤੋਂ ਬਾਅਦ ਉਹਨਾਂ ਦੀਆਂ ਯਾਦਾਂ ਵੀ ਖਤਮ ਹੋ ਜਾਂਦੀਆਂ। ਜੋ ਜੀਵਨ ਦਾ ਮੁੱਖ ਪਰਪਜ਼ ਹੈ, ਜਿਸਦੇ ਵਾਸਤੇ ਇਸ ਮਨੁੱਖਾ ਜਨਮ ਮਿਲਿਆ ਹੈ, ਉਹ ਕੁਝ ਹੋਰ ਹੈ। ਇਹ ਮਨੁੱਖਾ ਜਨਮ ਨੂੰ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ, ਜਿਵੇਂ ਕੋਈ ਕਿਸੇ ਦਾ ਰਿਸ਼ਤੇਦਾਰ ਬਾਹਰਲੇ ਕੰਟਰੀਆਂ 'ਚ ਗਿਆ ਹੋਵੇ, ਉੱਥੋਂ ਕੋਈ ਗਿਫਟ ਲੈ ਕੇ ਆਉਂਦਾ, ਗਿਫਟ ਦੀ ਕੋਈ ਕੀਮਤ ਨਹੀਂ ਹੁੰਦੀ। ਇੱਕ ਵਾਰੀ ਕਹਿ ਦਿਓ ਵੈਸੇ ਪਿਆਰ 'ਚ ਆ ਕੇ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਨੰਬਰ ਲੈ ਜੇ, ਬੱਚਾ ਚੰਗੇ ਮੈਰਿਟ 'ਚ ਚਲਾ ਜਾਏ, ਕੋਈ ਚੀਜ਼ ਲੈਦੀ ਹੈ ਅਤੇ ਬੱਚਾ ਕਹਿੰਦਾ ਮੇਰੇ ਮੰਮੀ ਡੈਡੀ ਮੈਨੂੰ ਗਿਫਟ ਲੈ ਕੇ ਦਿੱਤੀ ਹੈ ਮੇਰੀ ਮੈਰਿਟ 'ਤੇ। ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਜਿਸ ਨੂੰ ਤੋਹਫ਼ਾ ਕਹਿੰਦੇ ਹਨ, ਇਹ ਮਨੁੱਖਾ ਜਨਮ ਵੀ ਬੰਦੇ ਨੂੰ ਰੱਬ ਦੀ ਦੇ ਘਰੋਂ ਇੱਕ ਗਿਫਟ ਦੀ ਤਰ੍ਹਾਂ ਮਿਲਿਆ ਹੈ। ਇੱਕ ਘਰ 84 ਲੱਖ ਜੂਨੀਆਂ ਦਾ ਬਾਦਸ਼ਾਹ ਹੈ ਮਨੁੱਖਾ ਜਨਮ, ਜਿਸ ਵਿੱਚ ਇਹ ਆ ਕੇ ਵਹਿਰ ਦਾ ਭਜਨ ਕਰਦਾ, ਸਿਮਰਨ ਕਰ ਸਕਦਾ, ਨਾਮ ਜਪ ਸਕਦਾ ਹੈ, ਇੱਥੋਂ ਤੱਕ ਕਿ ਨਾਮ ਜਪ ਕੇ ਵਹਿਰੂ ਨੂੰ ਮਿਲ ਸਕਦਾ, ਇਦੋਂ ਅੱਗੇ ਚਲੀਏ ਵਹਿਰੂ ਦਾ ਰੂਪ ਵੀ ਬਣ ਸਕਦਾ ਹੈ। ਪਰ ਸਤਸੰਗ ਜੀ ਜਿਸ ਦੀ ਕਦਰ ਨੂੰ ਭੁੱਲ ਗਿਆ ਹੈ। ਨਾਮ ਜਪੋ, ਕਿਸੇ ਨੂੰ ਕਹਿੰਦੇ ਹਾਂ ਭਜਨ ਕਰੋ, ਸਿਮਰਨ ਕਰੋ, ਦੁਨੀਆਂ ਕੀ ਕੁਛ ਵੀ ਨਹੀਂ ਹੈ। ਇੱਕ ਵਾਰੀ ਕਹਿ ਦੇ ਵੈਰ ਮਰੇ ਰਕਤ ਬਿੰਦ ਕਰਨ ਮਿਆਂ ਅਗਨ ਉਦਰ ਮਿਆਰ, ਪਿਤਾ ਦੀ ਬਿੰਦ ਮਾਂ ਦੀ ਬਿੰਦ ਤੋਂ ਪਿਤਾ ਦੀ ਬੀਜ ਤੋਂ ਇਸਦਾ ਜਨਮ ਹੋਇਆ, ਮਾਤਾ ਪਿਤਾ ਦੇ ਗੰਧ ਤੋਂ। ਮਾਫ ਕਰਨਾ, ਮਾਂ ਦੇ ਗਰਭ ਵਿੱਚ ਇਸਦੀ ਹਾਲਤ ਕਿਸ ਗੰਦੇ ਪਾਣੀ ਦੇ ਵਿੱਚ ਰਚੀ ਗਈ। ਇੱਕ ਵਾਰੀ ਕਹਿ ਦੇ ਵੈਰ ਖੈਰ ਗੁਰੂ ਕੀ ਸੰਗਤ, ਇਹ ਗੰਧ ਤੋਂ ਪੈਦਾ ਹੁੰਦਾ, ਗੰਧ 'ਚ ਰਹਿੰਦਾ, ਗੰਧ 'ਚ ਪਲਦਾ, ਫਿਰ ਗੁਰੂ ਕੀ ਸੰਗਤ ਸਾਰੀ ਜ਼ਿੰਦਗੀ ਇਹ ਗੰਧ ਹੀ ਭੋਗਦਾ ਤੁਰਿਆ ਜਾਂਦਾ। ਕਹਦੇ ਪੈਰ ਮਾਫ਼ ਕਰਨਾ, ਇਸਦੀ ਜ਼ਿੰਦਗੀ ਦਾ ਪ੍ਰਯੋਜਨ ਇਹ ਨਹੀਂ ਹੈ, ਇਹ ਜਨਮ ਇਸ ਨੂੰ ਮਿਲਿਆ ਹੈ ਸਿਰਫ ਅਤੇ ਸਿਰਫ ਵਾਹਿਗੁਰੂ ਪਰਮੇਸ਼ੁਰ ਦਾ ਭਜਨ ਕਰਨ ਵਾਸਤੇ। ਬਹੁਤੇ ਲੋਕ ਕਹਿੰਦੇ ਹਨ ਖਾਓ ਪੀਓ ਕਰੋ ਆਨੰਦ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ। ਜੇਕਰ ਵਿਚਾਰ ਕਰਕੇ ਵੇਖਿਆ ਜਾਏ, ਮਹਾਰਾਜ ਕਹਿੰਦੇ ਤੂੰ ਹੈ ਕੀ ਨਹੀਂ, ਕਹਿੰਦੇ ਪ੍ਰਭ ਜੀ ਮੋਹੇ ਕਵਨ ਅਨਾਥ ਵਿਚਾਰਾ। ਸਾਰੇ ਪੜ੍ਹੋ, ਪ੍ਰਭ ਜੀ ਮੋਹੇ ਕਵਨ ਅਨਾਥ ਵਿਚਾਰਾ। ਅਨਾਥ ਉਸਨੂੰ ਕਹਿੰਦੇ ਹਨ ਜਿਸਦਾ ਕੋਈ ਸਹਾਰਾ ਨਾ ਹੋਵੇ, ਜਿਹਨਾਂ ਬੱਚਿਆਂ ਦਾ ਮਾਂ ਬਾਪ ਨਾ ਹੋਵੇ, ਉਹਨੂੰ ਵੀ ਅਨਾਥ ਕਹਿ ਦਿੰਦੇ ਹਨ। ਪਰ ਕਹਿੰਦੇ ਕਵਨ ਮੂਲ 'ਤੇ ਮਾਨੁਖ ਕਰਿਆ, ਸਾਰੇ ਪੜ੍ਹੋ ਕਵਨ ਮੂਲ 'ਤੇ ਮਾਨੁਖ ਕਰਿਆ, ਮੈਨੂੰ ਕਿੱਥੋਂ ਤੂੰ ਬੰਦਾ ਬਣਾਤਾ। ਇੱਕ ਵਾਰੀ ਕਹਿ ਦੇ ਵੈਸੇ ਕਿੱਥੋਂ ਬੰਦਾ ਬਣਾਤਾ, ਰਕਤ ਬਿੰਦ ਕਰਨ ਮੈਂ ਪਿਤਾ ਦੀ ਬੀਰ 'ਚ ਮਾਂ ਦੀ ਬਿੰਦ, ਮਾਤਾ ਮਾਤ ਪਿਤਾ ਬਿਨ ਬਾਲ ਨਾ ਹੋਈ ਪਾਤਸ਼ਾਹ ਫਰਮਾਉਂਦੇ ਨੇ। ਕਹਿ ਦੇ ਵੈਸੇ ਉਸ ਗੰਧ ਤੋਂ ਮੈਨੂੰ ਤੂੰ ਪੈਦਾ ਕੀਤਾ, ਪ੍ਰਭੂ ਜੀ ਮੋਹੇ ਕਮਨ ਅਨਾਥ ਵਿਚਾਰਾ। ਕਮਨ ਮੂਲ 'ਤੇ, ਸਾਰੇ ਪੜ੍ਹੋ ਕਮਨ ਮੂਲ 'ਤੇ, ਕਮਨ ਮੂਲ 'ਤੇ ਮਾਨੁਖ ਕਰਿਆ, ਕਮਨ ਮੂਲ 'ਤੇ ਮਾਨੁਖ ਕਰਿਆ, ਮੈਨੂੰ ਕਿਸ ਗੰਧ ਤੋਂ। ਇਹ ਪ੍ਰਤਾਪ ਤੁਮਾਰਾ ਪ੍ਰਭੂ ਜੀ, ਇਹ ਪ੍ਰਤਾਪ ਤੁਹਾਰਾ, ਇਹ ਪ੍ਰਤਾਪ ਤੁਹਾਰਾ, ਇਹ ਪ੍ਰਤਾਪ ਪ੍ਰਤਾਪ ਤੁਹਾਰਾ ਪ੍ਰਭ ਜੀ, ਇਹ ਪ੍ਰਤਾਪ ਤੁਹਾਰਾ, ਇਹ ਪ੍ਰਤਾਪ ਤੁਹਾਰਾ ਪ੍ਰਭ ਜੀ, ਇਹ ਪ੍ਰਤਾਪ ਤੁਹਾਰਾ। ਇਹ ਪ੍ਰਤਾਪ ਤੁਹਾਰਾ, ਇਹ ਪ੍ਰਤਾਪ ਤੁਹਾਰਾ, ਪ੍ਰਤਾਪ ਤੁਹਾਰਾ ਪ੍ਰਭ ਜੀ, ਇਹ ਪ੍ਰਤਾਪ ਤੁਹਾਰਾ, ਇਹ ਪ੍ਰਤਾਪ ਤੁਹਾਰਾ ਪ੍ਰਭ ਜੀ, ਇਹ ਪ੍ਰਤਾਪ ਤੁਹਾਰਾ, ਇਹ ਪ੍ਰਤਾਪ ਤੁਹਾਰਾ ਪ੍ਰਭ ਜੀ, ਇਹ ਪ੍ਰਤਾਪ ਤੁਹਾਰਾ। ਪ੍ਰਭ ਤੁਹਾਰਾ ਪ੍ਰਭ ਜੀ,
ਪ੍ਰਤਾਪ ਤੁਹਾਰਾ ਪ੍ਰਭ ਜੀ ਏ 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 ਪ੍ਰਤਾਪ ਤੁਹਾਰਾ ਪ੍ਰਭ ਜੀ ਪ੍ਰਤਾਪ ਤੁਹਾਰਾ ਪ੍ਰਭ ਜੀ ਹੇ ਪ੍ਰਤਾਪ ਤੁਹਾਰਾ ਹੇ ਪ੍ਰਤਾਪ ਤੁਹਾਰਾ ਹੇ ਪ੍ਰਤਾਪ ਤੁਹਾਰਾ ਪ੍ਰਭ ਜੀ ਹੇ ਪ੍ਰਤਾਪ ਤੁਹਾਰਾ ਗੰਧ ਤੋਂ ਇਸਦੀ ਰਚਨਾ ਵਾਹਿਗੁਰੂ ਨੇ ਕੀਤੀ ਇੱਕ ਵਾਰੀ ਕਹਿ ਦੇ ਵਾਹਿਗੁਰੂ ਇਹ ਵੱਖਰੀ ਗੱਲ ਹੈ ਅੱਜ ਸਾਰੇ ਫੁੱਲੇ ਫਿਰਦੇ ਹਨ ਕਹਿ ਫਿਰ ਭਾਇਓ ਫੁੱਲਿਆ ਫੁੱਲਿਆ ਉਹ ਵੇਲਾ ਤਾਂ ਤੁਹਾਨੂੰ ਯਾਦ ਹੀ ਨਹੀਂ ਹੈ ਇੱਕ ਵਾਰੀ ਕਹਿ ਦੇ ਵਾਹਿਗੁਰੂ ਜੋ ਦਸ ਮਾਸ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਇਹ ਸਰੀਰ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਸ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸਾਰੇ ਪਿੰਡੋ ਜਿਨ ਹਰ ਤੇਰਾ ਕਿਸ ਗੱਲ ਵਾਹਿਗੁਰੂ ਅੰਤਰ ਜੈਮੀ ਨੇ ਇਸਦੀ ਕਿਸ ਗੰਦਗੀ ਤੂੰ ਰਚਨਾ ਰਚੀ ਇੱਕ ਵਾਰੀ ਕਹਿ ਦੇ ਵਾਹਿਗੁਰੂ ਮਾਫ਼ ਕਰਨ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਉਸ ਵਾਹਿਗੁਰੂ ਦਾ ਤੂੰ ਨਾ ਮਨ ਵਿੱਚ ਵਸਾਇਆ ਨਹੀਂ ਮਾਂ ਦੇ ਗਰਭ ਵਿੱਚ ਇਸਦੀ ਰਚਨਾ ਕੀਤੀ ਗਈ ਡੇਢ ਦੋ ਕਿਲੋ ਖਾਦਾ ਰਾਸ਼ਨ ਪਾਣੀ ਮਾਂ ਦਾ ਮਲ ਮੂਤਰ ਗੰਦਗੀ ਦਾ ਰੂਪ ਧਾਰਨ ਕਰਕੇ ਇਸਦੀਆਂ ਨਾਸਾਂ ਦੇ ਉੱਤੋਂ ਦੀ ਜਾਂਦਾ ਸੀ ਉੱਥੇ ਸਰ ਤਲਾ ਮੁੱਖ ਉੱਪਰ ਪੈਰ ਉੱਪਰ ਵਸੰਦੜੋ ਕਵਤੜੇ ਥਾਂ ਨਾਨਕ ਸੋਤਨੀ ਕਿ ਵਸਾਰੀਏ ਕੁਦਰੇ ਜਿਸਦੇ ਨਾਏ ਇਹ ਕੁਦਰਤੀ ਗੱਲ ਹੈ ਕਿ ਦੁੱਖਾਂ ਦੇ ਵੇਲੇ ਮੁਸੀਬਤ ਦੇ ਵੇਲੇ ਸਾਨੂੰ ਵੈਰੂ ਯਾਦ ਆਉਂਦਾ ਇਦੋਂ ਵੱਡਾ ਦੁੱਖ ਖਾਲਸਾ ਜੀ ਹੋਰ ਕਿਹੜਾ ਹੋ ਸਕਦਾ ਮੁੱਖ ਪੈਰ ਸਿਰ ਥੱਲੇ ਪੈਰ ਉੱਤੇ ਸਨ ਉੱਤੇ ਸਵਾਸ ਭਜਨ ਕਰਦਾ ਸੀ ਵੈਰੂ ਕਿਰਪਾ ਕਰੋ ਮੈਨੂੰ ਸ਼ਕੋਰ ਨਰਕ ਤੋਂ ਬਾਹਰ ਕੱਢੋ ਅੰਦਰੀਆਂ 'ਤੇ ਜਾ ਕੇ ਤੇਰਾ ਨਾਮ ਜੀ ਜਪਾਂਗਾ ਭਜਨੀ ਕਰਾਂਗਾ ਪਰ ਮਾਫ਼ ਕਰਨਾ ਗੁਰੂ ਕ੍ਰਿਸ਼ਨ ਪਰਮੇਸ਼ਵਰ ਕਹਿੰਦਾ ਖਾਤ ਪੀਤ ਖੇਲ ਹਸਤ ਪਰਮੇ ਜਨਮ ਅਨੇਕ ਮੈਂ ਦੇਖਦਾ ਕਈ ਇੱਥੇ ਸ਼ਰਧਾਲੂ ਐਸੇ ਨੇ ਜਿਨ੍ਹਾਂ ਨੂੰ ਜਿੱਥੇ ਜਿੱਥੇ ਮੌਕਾ ਮਿਲਦਾ ਕੀਰਤਨ 'ਚ ਪੁੱਜਦੇ ਹਨ ਕੀਰਤਨ ਸੁਣਦੇ ਹਨ ਇੱਕ ਗੱਲ ਨਾ ਭੁੱਲਣਾ ਸਤਸੰਗ ਜੀ ਸੰਸਾਰ ਤੋਂ ਤਰਨ ਦਾ ਸਾਧਨ ਸਿਰਫ ਅਤੇ ਸਿਰਫ ਸਤਸੰਗਤ ਹੈ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਸਤਸੰਗ ਚ ਆ ਕੇ ਇਸ ਨੂੰ ਸੱਤ ਦੀ ਸੋਝੀ ਪੈਂਦੀ ਹੈ ਸਤਸੰਗ ਆ ਕੇ ਇਸ ਨੂੰ ਪਤਾ ਲੱਗਦਾ ਤੂੰ ਕਿਸ ਪਾਸੇ ਜਾ ਰਹੀ ਹੈ ਸਤਸੰਗ ਆਇਆ ਫਿਰ ਇਹਨੇ ਅੰਮ੍ਰਿਤ ਛਕ ਲਿਆ ਫਿਰ ਇਹਨੇ ਨਿਤਨਾਮ ਸ਼ੁਰੂ ਕੀਤਾ ਫਿਰ ਉਦੋਂ ਸਤਸੰਗ ਇਹਨੇ ਅੰਮ੍ਰਿਤ ਵੇਲੇ ਜਾਗਣਾ ਸ਼ੁਰੂ ਕੀਤਾ ਖੈਰੋ ਵਿਚਾਰ ਖੈਰ ਸਤਸੰਗ ਜੀ ਜਿਹੜੇ ਥਾਂ ਥਾਂ 'ਤੇ ਸਤਸੰਗ ਕਰਦੇ ਹਨ ਕੀਰਤਨ ਸੁਣਦੇ ਹਨ ਹਜ਼ੂਰ ਫਰਮਾਉਂਦੇ ਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ ਮਾਫ਼ ਕਰਨਾ ਉਸਦਾ ਰਿਜ਼ਲਟ ਕੀ ਹੈ ਜਿਹੜੇ ਹਰੀ ਜਸ ਹਰੀ ਕੀਰਤਨ ਧਿਆਨ ਲਗਾ ਕੇ ਸੁਣਦੇ ਹਨ ਆਪ ਤਰੇ ਆਪ ਤਾਂ ਤਰਦਾ ਹੀ ਕੀਰਤਨ ਦੇ ਸੁਣਨ ਵਾਲਾ ਸਗਲੇ ਕੁਲ ਤਾਰੇ ਆਪਣੀਆਂ ਕੁਲਾਂ ਦਾ ਵੀ ਉਧਾਰ ਕਰਕੇ ਲੈ ਜਾਂਦਾ ਆਪ ਤਰੇ ਸਗਲੇ ਕੁਲ ਤਾਰੇ ਤੰਦਰ ਕੇ ਪਾਸਿਓਂ ਜਾਇਨ ਦਾ ਸਤਿਕਾਰ ਦੇ ਨਾਲ ਦੁਨੀਆਂ ਦੇ ਵਿੱਚ ਜਾਂਦਾ ਉੱਥੇ ਫਿਰ ਤੇ ਮਾਂ ਦੇ ਘਰ ਵਿੱਚ ਉਲਟਾ ਬੇਨਤੀਆਂ ਕਰਦਾ ਮਹਾਰਾਜ ਕਿਰਪਾ ਕਰੋ ਮੈਨੂੰ ਇਸ ਕੋਰਨਰ ਤੋਂ ਬਾਹਰ ਕੱਢੋ ਸਤਸੰਗ ਕਈ ਤਾਂ ਸੋਚਦੇ ਨੇ ਖਰੇ ਅਸੀਂ ਇਸੇ ਤਰ੍ਹਾਂ ਰਹਿਣਾ ਹੈ ਕਿਸੇ ਨੂੰ ਆਪਣੀ ਮੌਤ ਦਾ ਪਤਾ ਕਦੋਂ ਆ ਜਾਣੀ ਹੈ ਪਤਾ ਨਹੀਂ ਕਦੋਂ ਅਤੇ ਕਿਸ ਵੇਲੇ ਕਿੱਥੇ ਆਵਾਜ਼ ਪੈ ਜਾਣੀ ਹੈ ਖੈਰ ਸਤਸੰਗ ਜੀ ਉੱਥੇ ਅਰਦਾਸਾਂ ਕਰਦਾ ਬੇਨਤੀਆਂ ਕਰਦਾ ਕਿ ਮੈਨੂੰ ਇਸ ਕੋਰਨਰ ਤੋਂ ਬਾਹਰ ਕੱਢੋ ਮੈਂ ਦੁਨੀਆਂ 'ਤੇ ਜਾ ਕੇ ਅਠੋ ਪੈਰ ਤੇਰਾ ਨਾ ਨਹੀਂ ਜਪਾਂਗਾ ਜੀ ਮੈਂ ਨਾਮ ਜਪੂੰਗਾ ਦਾਤਾ ਤੇਰਾ ਇੱਥੋਂ ਮੈਨੂੰ ਕੱਢ ਲੈ ਗੁਰਾ ਨਾਮ ਜਪੂੰਗਾ ਤੇਰਾ ਇੱਥੋਂ ਮੈਨੂੰ ਕੱਢ ਲੈ ਗੁਰਾ ਜੀ ਮੈਂ ਨਾਮ ਜਪੂੰਗਾ ਤੇਰਾ ਇੱਥੋਂ ਮੈਨੂੰ ਕੱਢ ਲੈ ਗੁਰਾ ਜੀ ਮੈਂ ਨਾਮ ਜਪੂੰਗਾ ਤੇਰਾ ਇੱਥੋਂ ਮੈਨੂੰ ਕੱਢ ਲੈ ਗੁਰਾ
ਫਿਰ ਪਿਆਰ ਤੈਥੋਂ ਮੈਨੂੰ ਕੱਢ ਲੈ ਗੁਰਾ ਜੀਵਾ ਤੈਥੋਂ ਮੈਨੂੰ ਕੱਢ ਲੈ ਗੁਰਾ ਮੇਰੇ ਪਿਆਰੇ ਇੱਥੋਂ ਮੈਨੂੰ ਕੱਢ ਲੈ ਗੁਰਾ ਮੇਰੇ ਪਿਆਰੇ ਇੱਥੋਂ ਮੈਨੂੰ ਕੱਢ ਲੈ ਗੁਰਾ ਜਿਨ੍ਹਾਂ ਨੇ ਉਹਨਾਂ ਆਕਾਸ਼ੀ ਉਹਨਾਂ ਰੂਹਾਨੀਆਂ ਦੇ ਮੰਡਲਾਂ ਨੂੰ ਤੈਅ ਕੀਤਾ ਹੈ। ਇੱਕ ਵਾਰੀ ਕਹਿ ਦੇ ਮਹਿਰ, ਇਹ ਤਾਂ ਪਰਮਾਰਥ ਹੈ, ਇਹ ਤਾਂ ਰੱਬੀ ਪੜ੍ਹਾਈ ਹੈ। 36 ਸਾਲ ਬਾਬਾ ਫਰੀਦ ਜੰਗਲਾਂ ਦੇ ਵਿੱਚ ਉਲਟੇ ਲੜਕੇ, ਖੂਹਾਂ ਦੇ ਮਣਾਂ ਨੂੰ ਪੁੱਠੇ ਲੜਕੇ, ਪਰ ਚਿੜੀਓ ਮਰ ਜਾਓ ਚਿੜੀਓ ਜਿਉਂਦੀਆਂ ਹਜੋ ਤੁਸੀਂ ਸੁਣੀਆਂ ਹੀ ਹੈ। ਪਰ ਜਦੋਂ 36 ਸਾਲ ਦੀ ਉਮਰ ਤੋਂ ਬਾਅਦ ਆਕਾਸ਼ਵਾਣੀ ਹੋਈ, ਸ਼ਕਤੀਆਂ ਵੀ ਆ ਗਈਆਂ, ਸ਼ਕਤੀਆਂ ਵੀ ਟਿਕਾਓ ਦੀ ਦਿਨ ਨੇ। ਇੱਕ ਵਾਰੀ ਕਹਿ ਦੇ ਬਹਿਰ, ਪਾਣੀ ਜਿਵੇਂ ਟਿਕਦਾ, ਟਿਕੇ ਪਾਣੀ 'ਚ ਮੂੰਹ ਦੇਖੋ, ਤੁਹਾਨੂੰ ਤੁਹਾਡਾ ਸਾਫ਼ ਪਾਣੀ ਤੁਹਾਡਾ ਮੂੰਹ ਨਜ਼ਰ ਆਉਂਦਾ ਹੈ, ਆਉਂਦਾ ਕਿ ਨਹੀਂ ਆਉਂਦਾ? ਪਰ ਜੇ ਪਾਣੀ ਮੈਲਾ ਹੋਵੇ, ਪਾਣੀ ਗੰਧਲਾ ਹੋਵੇ, ਉਹਦੇ 'ਚ ਮੂੰਹ ਨਜ਼ਰ ਨਹੀਂ ਆਇਆ ਕਰਦਾ। ਇਸੇ ਦਾ ਮੈਲੇ ਮਨ 'ਚ ਕੀ ਦੇਖਣਾ ਹੈ? ਕੁਛ ਨਹੀਂ ਦੇਖਦਾ। ਜਦੋਂ ਸਿਮਰਨ ਕਰਦਾ ਇਹਦਾ ਮਨ ਸ਼ੁੱਧ ਹੁੰਦਾ ਹੈ, ਅਤੇ ਜਦੋਂ ਮਨ ਸ਼ੁੱਧ ਹੁੰਦਾ ਫਿਰ ਇਹਦੇ 'ਚ ਟਿਕਾਓ ਪੈਦਾ ਹੁੰਦਾ। ਜਦੋਂ ਟਿਕਾਓ ਪੈਦਾ ਹੁੰਦਾ ਫਿਰ ਸ਼ਕਤੀਆਂ ਬਰਕਤਾਂ ਤਾਕਤਾਂ ਇਹਦੇ ਵਿੱਚ ਪ੍ਰਗਟ ਹੁੰਦੀਆਂ ਹਨ। ਮੁਕਦੀ ਗੱਲ ਕੀ ਟਿਕੇ ਖਿਆਲਾਂ 'ਚ ਹੀ ਰੱਬ ਦਾ ਰੱਬ ਪ੍ਰਗਟ ਹੋ ਜਾਂਦਾ। ਇੱਕ ਵਾਰੀ ਕਹਿ ਦਿਓ ਬਾਹਰ, ਖੈਰ ਜਰਾ ਧਿਆਨ ਦੇਣਾ ਪਏਗਾ। ਉਹ ਫਰੀ ਜੀ ਕਹਿੰਦੇ, ਆਕਾਸ਼ਵਾਣੀ ਹੋਈ ਫਰੀਦਾ, ਖੂਹਾਂ ਦੇ ਮਣਾਂ ਨਾਲ ਉਲਟੇ ਲੜਕਿਆਂ ਤੈਨੂੰ ਮੇਰੀ ਪ੍ਰਾਪਤੀ ਨਹੀਂ ਹੋਣੀ। ਮਾਫ਼ ਕਰਨਾ, ਜੇ ਮੈਨੂੰ ਮਿਲਣਾ ਮੈਨੂੰ ਮਿਲਿਆ ਨੂੰ ਮਿਲ, ਮੈਨੂੰ ਮਿਲਿਆ ਨੂੰ ਮਿਲ, ਤੈਨੂੰ ਮਿਲਾ ਦੇਣਗੇ। ਕਈ ਵਾਰੀ ਅਸੀਂ ਰੱਟੇ ਨਾਲ ਸਵਾਲ ਕੱਢਦੇ ਹੁੰਦੇ ਸੀ, ਸਵਾਲ ਵੀ ਗਲਤ ਨਿਕਲਦਾ ਸੀ, ਫਾਰਮੂਲੇ ਤੋਂ ਬਗੈਰ ਸਵਾਲ ਕੱਢਦੇ ਸੀ, ਉਹ ਸਵਾਲ ਵੀ ਗਲਤ ਹੋ ਜਾਂਦਾ ਸੀ, ਟਾਈਮ ਵੀ ਬਰਬਾਦ ਹੋ ਜਾਂਦਾ ਸੀ। ਮਾਫ਼ ਕਰਨਾ, ਜੇ ਸਾਧ ਸੰਗਤ ਦੀ ਯੁਕਤੀ ਹੋਵੇ, ਫਾਰਮੂਲਾ ਹੋਵੇ, ਟਾਈਮ ਵੀ ਘੱਟ ਲੱਗਦਾ ਅਤੇ ਸਵਾਲ ਵੀ ਛੇਤੀ ਹੱਲ ਹੋ ਜਾਂਦਾ। 36 ਵਰੇ ਦੀ ਉਮਰ ਤੋਂ ਬਾਅਦ ਆਕਾਸ਼ਵਾਣੀ ਹੋਈ, ਫਰੀਦਾ ਜੇ ਮੈਨੂੰ ਮਿਲਣਾ, ਮੈਨੂੰ ਮਿਲਿਆ ਨੂੰ ਮਿਲ, ਤੈਨੂੰ ਮਿਲਾ ਦੇਣਗੇ। ਕਿੱਥੇ ਜਾਵਾਂ? ਖਾਲਸਾ ਜੀ ਅਜਮੇਰ, ਇੱਥੇ ਮਹਾਤਮਾ ਸੀ, ਇਸਲਾਮੀ ਮਤ ਦੇ ਰੱਬ ਨੂੰ ਪਹੁੰਚੇ, ਉਹਨਾਂ ਦੇ ਚਰਨਾਂ ਦੇ ਵਿੱਚ ਪੁੱਜਣਾ। ਸਤਸੰਗ ਜੀ ਜਾ ਕੇ ਚਰਨ ਫੜੇ ਤਾਂ ਨਿਕਲ ਗਈ ਫਰੀਦ ਦਾ। ਗੁਰੂ ਨੇ ਆਖਿਆ, ਆ ਗਿਆ ਟੱਕਰਾਂ ਮਾਰ ਕੇ ਵਾਲਿਆ ਰੱਬ ਨੂੰ, ਘਰ ਸਤਸੰਗ ਜੀ ਮਹਾਤਮਾ ਦੇ ਚਰਨਾਂ 'ਚ ਰਹਿ ਗਿਆ। ਜੋ ਗੱਲ ਪਹਿਲੇ ਦਿਨ ਬਣ ਗਈ ਉਹ 36 ਸਾਲ ਦੇ ਵਿੱਚ ਨਹੀਂ ਬਣ ਸਕੀ। ਘਰ ਉਸ ਮੌਕੇ ਜਿਉਂ ਜਿਉਂ ਮਨ ਟਿਕਿਆ, ਉਹ ਬਾਬਾ ਫਰੀਦ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਗਈ, ਸਮਾਂ ਆਉਣ 'ਤੇ ਉਹ ਫਰੀਦ ਜੀ ਕਹਿੰਦੇ, ਉਹ 36 ਸਾਲ ਤਾਂ ਐਵੇਂ ਟੱਕਰਾਂ ਮਾਰਦੇ ਨੇ। ਕਹਿੰਦੇ ਬਹਿਰੂ, ਬਾਣੀ ਉਚਾਰਨ ਕੀਤੀ, ਫਰੀਦਾ ਜੰਗਲ ਜੰਗਲ ਕਿਆ ਢੁੰਡੇ ਹੈ, ਜੰਗਲ ਜੰਗਲ ਕਿਆ ਢੁੰਡੇ ਹੈ, ਵਣ ਕੰਢੇ ਮੋੜੇ, ਵਣ ਕੰਢੇ ਮੋੜੇ, ਜੰਗਲਾਂ ਦੇ ਕੰਢਿਆਂ ਨਾਲ ਟੱਕਰਾਂ ਮਾਰਦਾ ਰਿਹਾ, ਵਿੱਚੋਂ ਲੰਘਦਾ ਸਾਂ ਜੰਗਲਾਂ ਦੇ ਵਿੱਚੋਂ। ਕਹਿੰਦੇ ਵਸੀ ਰੱਬ ਹੀ ਆਲੀਆ ਬੋਰ ਕਿਆ ਢੁੰਡੇ ਹੈ। ਉਸ ਮੌਕੇ ਫਰੀਦ ਜੀ ਨੇ ਬਾਣੀ ਉਚਾਰਨ ਕੀਤੀ। ਇੱਕ ਦਫ਼ਾ ਦਾ ਜ਼ਿਕਰ ਹੈ, ਇਵੇਂ ਸਿਮਰਨ ਕਰਦੇ ਕਰਦੇ ਜੁਗਤੀ ਨਾ ਕੀਤਾ ਸਾਨੂੰ ਪਰਿਪੂਰਤ ਹੁੰਦਾ। ਇਸ ਤੋਂ ਅੱਗੇ ਸਤਸੰਗ ਨਾਭੀ ਦੇ ਵਿੱਚ ਇੱਕ ਵਾਰੀ ਵਹਿਰੂ ਕਹਿਣ ਦੇ ਨਾਲ ਸਾਡੇ ਜਿਸਮ 'ਚ, ਸਾਡੇ ਸਰੀਰ 'ਚ 3.5 ਕਰੋੜ ਵਾਰੀ ਜਾਪ ਹੋਣਾ ਸ਼ੁਰੂ ਹੋ ਜਾਂਦਾ। ਐਵੇਂ ਥੋੜ੍ਹਾ ਕਿ ਗੁਰਮੁਖ ਰੋਮ ਰੋਮ ਹਰਤੇ ਆਵਿਆ, ਗੁਰਮੁਖ ਸਗਲੀ ਗੰਦ ਮੁਟਾਵਾ ਕਹਿੰਦਾ ਹਾਂ। ਪਿਆਰੇ ਜੀ ਗੁਰਮੁਖ ਪਿਆਰੇ ਦਾ, 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 ਇੱਕ ਕਰੋਮ ਰੋਮ ਕਰਦਾ ਵੇ, ਇੱਕ ਕਰੋਮ ਰੋਮ ਕਰਦਾ ਵੇ, ਵਿੱਚ ਰੋਮ ਰੋਮ ਕਰ ਜਾਵੇ, ਵਿੱਚ ਰੋਮ ਰੋਮ ਕਰ ਜਾਵੇ, ਰੋਮ ਰੋਮ ਕਰ ਜਾਵੇ, ਇੱਕ ਰੋਮ ਰੋਮ ਕਰ ਜਾਵੇ, ਰੋਮ ਰੋਮ ਕਰ ਜਾਵੇ, ਵਿੱਚ ਰੋਮ ਰੋਮ ਕਰ ਜਾਵੇ, ਰੋਮ
प्यारे जी गुरुमुख प्यारे प्यारे जी गुरुमुख प्यारे ਜਵਾਨਾਂ ਬਣ ਜਾਂਦੀਆਂ ਇਸ ਤੋਂ ਅੱਗੇ ਅੱਖਾਂ ਤੇ ਜੜ ਨੱਕ ਦੇ ਜੜ ਦੇ ਵਿਚਾਲੇ ਦਾ ਹਿੱਸਾ ਇਹ ਸਮਝ ਲਓ ਤੁਸੀਂ ਈੜਾ ਪਿੰਗਲਾ ਸੁਖਮਨਾ ਸੈਂਸ ਦਾਨਾ ਨੇ ਵੀ ਇਸ ਗੱਲ ਨੂੰ ਮੰਨਿਆ ਇੱਥੇ ਤਿੰਨ ਨਾੜੀਆਂ ਹਨ ਇੱਕ ਈੜਾ ਇੱਕ ਸੁਸ਼ਮਨਾ ਇੱਕ ਪਿੰਗਲਾ ਇੱਥੇ ਜਦ ਸੁਰਤ ਪ੍ਰਵੇਸ਼ ਕਰਦੀ ਹੈ ਇੱਥੇ ਫਿਰ ਸਤਸੰਗ ਜੀ ਜਾਪ ਆਪਣੇ ਆਪ ਹੀ ਚੱਲ ਪੈਂਦਾ ਇਹ ਤੋਂ ਕਰਦੇ ਕਰਦੇ ਸਤਸੰਗ ਅੱਗੇ ਗ੍ਰਹਿ ਚੱਕਰ ਮੱਥੇ 'ਚ ਅੱਗੇ ਜਿੱਥੇ ਹਿੰਦੂ ਮਤ ਦੇ ਲੋਕ ਤਿਲਕ ਲਾਉਂਦੇ ਦੇਖੇ ਨੇ ਇੱਕ ਵਾਰੀ ਕਹਿ ਦੇ ਬਾਹਰ ਇਹ ਤੋਂ ਅੱਗੇ ਦਸਵਾਂ ਦੁਆਰ ਹੈ ਦਸਵਾਂ ਦੁਆਰ ਇਹ ਪ੍ਰਾਪਤੀ ਨਹੀਂ ਹੈ ਨੌ ਦੁਆਰੇ ਨੌ ਦਰਫੀਕੇ ਅੰਮ੍ਰਿਤ ਦਸਵੇਂ ਚਵਾਏ ਦਾ ਇੱਥੋਂ ਰਵੀ ਭੇਦ ਖੁੱਲ੍ਹਣੇ ਸ਼ੁਰੂ ਹੁੰਦੇ ਹਨ ਅੱਗੇ ਸੁਨ ਮੰਡਲ ਮਹਾਂ ਸੁਨ ਮੰਡਲ ਸੂਖਸ਼ ਮੰਡਲ ਜਿਵੇਂ ਕਹਿੰਦੇ ਸਮਾਧੀ ਲੱਗੀ ਹੈ ਉੱਥੇ ਜਾ ਕੇ ਸਤਸੰਗ ਜੀ ਇਹ ਗੱਲਾਂ ਹੁਣ ਤੱਕ ਕੀਰਤਨ ਚ ਕਰਨ ਵਾਲੀਆਂ ਨਹੀਂ ਹਨ ਮਨ ਬਚ ਕਰਮ ਬਾਣੀ ਦੇ ਪਰੇ ਜਿੱਥੇ ਜਾ ਕੇ ਟਿਕਾਓ ਹੀ ਟਿਕਾਓ ਹੈ ਟਿਕਾਓ ਹੀ ਟਿਕਾਓ ਮਾਫ਼ ਕਰਨ ਅਵਸਥਾ ਐਸੀ ਹੈ ਤਰਸ ਪਿਆ ਮੇਰਾਮ ਤੋਈ ਸਤਿਗੁਰ ਸਾਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਉਹ ਅਵਸਥਾ ਜਿੱਥੇ ਜਾ ਕੇ ਮੌਤ ਤੇ ਵੀ ਫਤਿਹ ਪਾ ਲੈਂਦਾ ਜਿਵੇਂ ਜੇਠ ਹੜ੍ਹ ਦੀ ਕੜਕ ਦੀ ਧੁੱਪ ਦੇ ਦਿਨ ਹੋਣ ਸਾਡੇ ਤਿੰਨ ਮਣ ਭਾਰੀ ਪੰਡ ਚੱਕੀ ਹੋਵੇ ਤੇ ਇੱਥੇ ਦਾ ਕਰਨਾ ਧਰਨਾ ਕੁਛ ਨਹੀਂ ਰਹਿ ਜਾਂਦਾ ਜੇ ਰੱਬ ਦਾ ਰੂਪੀ ਬਣ ਗਿਆ ਵਿੱਚੇ ਗਿਰੇ ਗਿਆ ਇੱਕ ਵਾਰੀ ਕਹਿ ਦੇ ਅਬ ਤੋਂ ਜਾਇ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ ਰਾਮ ਕਬੀਰਾ ਇੱਕ ਪਏ ਮੈਂ ਕੋਈ ਨਾ ਸਕੇ ਪਛਾਣੀ ਕਬੀਰ ਜੀ ਕਹਿੰਦੇ ਗੰਗਾ ਛੋਟੇ ਛੋਟੇ ਨਾਲਿਆਂ ਨੂੰ ਲਲਤਾ ਕਹਿੰਦੇ ਨੇ ਛੋਟੇ ਛੋਟੇ ਨਾਲਿਆਂ ਨੂੰ ਕਹਿੰਦੇ ਨੇ ਗੰਗਾ ਦੀ ਸੰਗਤ ਮਿਲ ਗਈ ਉਹ ਕਹਿੰਦੇ ਗੰਗਾ 'ਚ ਮਿਲ ਕੇ ਗੰਗਾ ਦਾ ਰੂਪ ਬਣ ਗਏ ਕਹਿੰਦੇ ਸੰਤਨ ਸੰਗ ਕਬੀਰਾ ਵਿਗੜਿਓ ਸਾਧ ਸੰਗਤ ਦੁਹਾਈ ਲੋਕੋ ਕਬੀਰਾ ਵਿਗੜ ਗਇਓ ਦੁਹਾਈ ਲੋਕੋ ਵਿਗੜ ਗਇਓ ਸੰਗ ਕਬੀਰਾਂ ਵਿਗੜਿਓ ਕਹਿੰਦੇ ਨੇ ਸੰਤਾਂ ਦੀ ਸੰਗਤ ਨੇ ਰਾਬੀ ਬਣਾ ਦਿੱਤਾ ਕਹਦੇ ਵਾਹਿਗੁਰੂ ਨਿਬੇੜਾ ਕਿੱਥੇ ਹੋਇਆ ਸੋ ਕਬੀਰਾ ਰਾਮੇ ਹੋਏ ਨਿਬੜਿਓ ਭਗਤ ਪੀਪਾ ਜੀ ਕਹਿੰਦੇ ਮਾਫ਼ ਕਰਨਾ ਮੈਂ ਰੱਬ ਦੀ ਸਹੁੰ ਖਾ ਕੇ ਕਹਿੰਦਾ ਕਹਦੇ ਵਾਹਿਗੁਰੂ ਕਿੱਡੀ ਵੱਡੀ ਗੱਲ ਹੈ ਮਹਾਰਾਜ ਨੇ ਆਵਣ ਜਾਣ ਕੇ ਖੇਲ ਬਣਾਇਆ ਦਸ਼ਮੇਸ਼ ਜੀ ਕਹਿੰਦੇ ਹਨ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗ ਤਮਾਸ਼ਾ ਅਗਿਆਨੀ ਵਾਸਤੇ ਸੰਸਾਰ ਹੈ ਤੇ ਗਿਆਨਵਾਨ ਵਾਸਤੇ ਇੱਕ ਖੇਡ ਹੈ ਇੱਕ ਦਫ਼ਾ ਦਾ ਐਸਾ ਜ਼ਿਕਰ ਹੋਇਆ ਗੱਲ ਬਾਬਾ ਦੀਪ ਸਿੰਘ 'ਤੇ ਚੱਲ ਰਹੀ ਹੈ ਜੀ ਉਹ ਕਿਹੜੀ ਵਸਤਾ ਸੀ ਜਿੱਥੇ ਜਾ ਕੇ ਲੜੇ ਇੱਕ ਵਾਰੀ ਕਹਿ ਦੇ ਇਹਦੀ ਬੈਕਗਰਾਊਂਡ ਚੱਲ ਰਹੀ ਬੈਕ ਰੀਲ ਚੱਲਦੀ ਗਈ ਵਰੀਕ ਮਾਫ਼ ਕਰਨਾ ਗੁਰੂ ਕੀ ਸੰਗਤ ਕਿਸੇ ਰਾਜਾ ਦੇ ਰਾਜ ਦਰਬਾਰ ਵਿੱਚ ਇੱਕ ਮੰਦਾਰੀ ਗਈ ਪਹਿਲੇ ਰਾਜੇ ਸਨ ਜਿਹੜੇ ਉਹਨਾਂ ਨੂੰ ਕਈ ਕਿਸਮ ਦਾ ਮੰਦਾਰੀਆਂ ਤਮਾਸ਼ੇ ਦੇਖਣ ਦਾ ਸ਼ੌਕ ਹੁੰਦਾ ਜਦੋਂ ਰਾਜੇ ਦਾ ਦਰਬਾਰ ਲੱਗਾ ਮੰਦਾਰੀ ਪਹੁੰਚਿਆ ਤੇ ਉੱਧਰ ਦਰਬਾਰ ਨੂੰ ਆਖਿਆ ਕਿ ਸਰਕਾਰ ਨੂੰ ਮਿਲਣਾ ਹੈ ਕਹਿੰਦੇ ਕੌਣ ਹੈ ਤੂੰ ਪਹਿਰੇਦਾਰ ਨੇ ਆਖਿਆ ਉਹਨੇ ਆਖਿਆ ਕਿ ਮੈਂ ਇੱਕ ਮੰਦਾਰੀ ਹਾਂ ਰਾਜਾ ਨੂੰ ਕਹੋ ਕਿ ਕੋਈ ਮੰਦਾਰੀ ਆਇਆ ਤੇ
ਤੁਹਾਡੀ ਸ਼ੌਂਕ ਤੁਹਾਡੇ ਸ਼ੌਂਕ ਦੇ ਮੁਤਾਬਕ ਤੁਹਾਨੂੰ ਕੋਈ ਮਤਾਰੀ ਦਿਖਾ ਲੈ। ਇੱਕ ਵਾਰੀ ਕਹਿ ਦੇ ਵਾਹ, ਇੱਕ ਵਾਰੀ ਫਿਰ ਕਹਿ ਦੇ ਵਾਹ, ਇੱਕ ਵਾਰੀ ਫਿਰ ਕਹਿ ਦੇ ਵਾਹ, ਇੱਕ ਵਾਰੀ ਫਿਰ ਕਹਿ ਦੇ ਵਾਹ। ਉਹ ਨਿੰਦਰਬਾਨ ਨੇ ਜਾ ਕੇ ਆਖਿਆ ਸਰਕਾਰ ਕੋਈ ਮੰਦਾਰੀ ਆਇਆ। ਉਹ ਕਹਿੰਦਾ ਵੀ ਰਾਜਾ ਨੂੰ ਕਹੋ ਕਿ ਮੈਂ ਕੋਈ ਮੈਨੂੰ ਜੇ ਕੋਈ ਤਮਾਸ਼ਾ ਵੇਖਣਾ ਚਾਹੁੰਦੇ ਨੇ, ਮੰਦਾਰੀ ਵੇਖਣੀ ਚਾਹੁੰਦੇ ਨੇ, ਤੇ ਮੈਂ ਉਹਦੇ ਸ਼ੌਂਕ ਦੇ ਮੁਤਾਬਕ ਦਿਖਾਉਣਾ। ਉਸ ਮੌਕੇ ਸਤਸੰਗ ਪਾਣੀ ਦੇਖਿਆ ਤੁਸੀਂ, ਬੋਲਦੇ ਨੀ, ਦਰਿਆ ਦੇਖਿਆ ਤਾਂ ਸਮੁੰਦਰ ਤਾਂ ਨਹੀਂ ਦੇਖਿਆ ਹੁਣ ਬਹੁਤੇ ਨੇ, ਅਸੀਂ ਕਈ ਵਾਰੀ ਵੇਖੇ। ਪਰ ਜੈਸੇ ਜਲ ਤੇ ਬੁੱਧ ਵਧਾ, ਹਵਾ ਚੱਲੀ, ਹਵਾ 'ਚ ਬੁਲਬੁਲੇ ਪੈਦਾ ਹੋ ਗਏ ਪਾਣੀ ਦੇ, ਦੇਖੇ ਨੇ ਹਵਾ ਚੱਲੀ, ਲਹਿਰਾਂ ਪੈਦਾ ਹੋਈਆਂ। ਹਵਾ ਨਾਲ ਲਹਿਰਾਂ ਪੈਦਾ ਹੁੰਦੀਆਂ, ਹਵਾ ਨਾਲ ਚੱਲਦੀ ਹੋਈ ਲਹਿਰਾਂ ਪੈਦਾ ਨਹੀਂ ਹੁੰਦੀਆਂ। ਪਾਣੀ ਟਿਕਾਓ 'ਚ ਆ ਜਾਂਦਾ, ਕਹਿੰਦੇ ਵੈਰ ਲਹਿਰਾਂ 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 ਨੇ ਪਾਣੀ 'ਚ ਬੁਲਬੁਲੇ ਦਿਖਾ ਦਿੱਤੇ। ਹਵਾ ਉਹ ਬੁਲਬੁਲੇ ਲਹਿਰਾਂ ਹੈ ਤਾਂ ਪਾਣੀ, ਕਹਿੰਦੇ ਵੈਰ ਫਿਰ ਕਹਿੰਦੇ ਵੈਰ ਕੀਰਤਨ ਕੁਛ ਮੋੜ ਫੜਦਾ ਜਾ ਰਿਹਾ ਹੈ ਤਾਂ ਪਾਣੀ, ਬੋਲਦੇ ਨਹੀਂ। ਲਹਿਰਾਂ ਬਣਨ ਤੋਂ ਪਹਿਲਾਂ ਲਹਿਰਾਂ ਕੀ ਸੀ, ਬੋਲਦੇ ਕਿਉਂ ਨਹੀਂ? ਬੁਲਬਲੇ ਪਹਿਲਾਂ, ਬੁਲਬਲੇ ਬਣਨ ਤੋਂ ਪਹਿਲਾਂ ਕੀ ਸੀ ਕਿ ਬੁਦਬੁਦੇ ਬਣਨ ਤੋਂ ਪਹਿਲਾਂ ਕੀ ਸੀ? ਪਾਣੀ। ਉਹ ਹਵਾ ਚੱਲੀ, ਹਵਾ ਨੇ ਲਹਿਰਾਂ ਦਿਖਾਤੀਆਂ, ਲਹਿਰਾਂ ਬੁਲਬਲ ਦਿਖਾਤੇ। ਮੁੱਖ ਦੀ ਗੱਲ ਕੀ, ਜਦੋਂ ਹਵਾ ਬੰਦ ਹੋਈ ਲਹਿਰਾਂ ਪਾਣੀ ਸਮਾ ਗਈ, ਠੀਕ ਗੱਲ ਹੈ, ਬੁਲਬਲੇ ਵੀ ਉੱਥੇ ਸਮਾ ਗਏ। ਇਸੀ ਤਰ੍ਹਾਂ ਨੌਵੇਂ ਪਾਤਸ਼ਾਹ ਨੇ ਨਕਸ਼ਾ ਖਿੱਚਿਆ, ਜੈਸੇ ਜਲ ਤੇ ਬੁੱਧ ਬਦਾ, ਸਾਰੇ ਪੜੋ, ਜੈਸੇ ਜਲ ਤੇ ਬੁੱਧ ਬਦਾ। ਉਪਜਾ ਉਪਜਾ ਨੀਤ, ਪਾਣੀ 'ਚ ਬੁਲਬਲੇ ਨਿੱਤ ਪੈਦਾ ਹੁੰਦੇ, ਨਿੱਤ ਮਿਟ ਜਾਂਦੇ, ਪੈਦਾ ਹੁੰਦੇ ਉਹਦੇ ਵਿੱਚ ਲੈ ਹੋ ਜਾਂਦੇ। ਇਸੀ ਤਰ੍ਹਾਂ ਸੰਸਾਰ ਹੈ ਜਿਹੜਾ, ਇਹ ਵੀ ਇਸੇ ਤਰ੍ਹਾਂ ਹੈ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਇਸ ਤਰ੍ਹਾਂ ਦੁਨੀਆਂ ਦੇ ਲੋਕ ਆਉਂਦੇ ਜਾਂਦੇ, ਉੱਥੋਂ ਪੈਦਾ ਹੁੰਦੇ, ਇੱਥੇ ਪੈਦਾ ਹੁੰਦੇ, ਇੱਥੇ ਚਲੇ ਜਾਂਦੇ। ਉਹ ਖੈਰ, ਜਦੋਂ ਦਰਬਾਰ ਨੇ ਆਖਿਆ ਮਦਾਰੀ ਆਇਆ, ਰਾਜਾ ਨੇ ਆਖਿਆ ਬੁਲਾਓ ਰਾਜਾ ਨੂੰ। ਰਾਜਾ ਕਹਿਣ ਲੱਗਾ ਕੌਣ? ਕਹਿੰਦਾ ਤਮਾਸ਼ੇ ਦਿਖਾਉਣਾ। ਰਾਜੇ ਨੇ ਆਖਿਆ ਵੀ ਤਮਾਸ਼ਾ ਦਿਖਾਏਗਾ? ਕਹਿਣ ਲੱਗਾ ਹਾਂ ਦਿਖਾਊਂਗਾ, ਕਿਉਂ ਨਹੀਂ ਦਿਖਾਊਂਗਾ। ਕਹਿੰਦਾ ਅੱਜ ਐਸਾ ਤਮਾਸ਼ਾ ਦਿਖਾ, ਵੇਖਣ ਨੂੰ ਸਭ ਕੁਝ ਹੋਵੇ ਤੇ ਹੋਵੇ ਕੁਛ ਨਾ। ਇਹ ਸੰਸਾਰ ਵੇਖਣ ਦਾ ਸਭ ਕੁਛ ਹੈ? ਇੱਕ ਵਾਰੀ ਕਹਿ ਦੇ ਵੈਰ ਨੂੰ। ਆਹ ਦੁਨੀਆ ਵੀ ਲੋਕ ਤਾਂ ਮਾਰ ਮਾਰ ਕੇ ਰੋਂਦੇ, ਪਿਓ ਮਰ ਗਿਆ, ਮਾਂ ਮਰ ਗਿਆ। ਇਹ ਤਾਂ ਆਪਾਂ ਟ੍ਰੇਨ ਦੇ ਸਫ਼ਰ ਦੀ ਤਰ੍ਹਾਂ ਇੱਥੇ ਇਕੱਠੇ ਹੋਏ ਹਾਂ। ਤੁਹਾਡਾ ਵਿਆਹ ਹੋ ਗਿਆ, ਇਕੱਲੇ ਦਾ ਵਿਆਹ ਹੋਇਆ ਨਾ, ਵਿਆਹ ਤੋਂ ਬਾਅਦ ਬੱਚੇ ਹੋ ਗਏ, ਕਹਿੰਦੇ ਵੈਰ ਹੋ ਗਏ, ਬੱਚੇ ਜਵਾਨ ਹੋ ਗਏ, ਬੱਚੇ ਵਿਆਹ 'ਤੇ, ਕੁੜਮ ਹੋ ਗਏ, ਕੁੜਮਣੀਆਂ ਹੋ ਗਈਆਂ, ਠੀਕ ਗੱਲ ਹੈ, ਬੋਲਦੇ ਕਿ ਹੁੰਦੇ ਸੀ, ਹਾਂਜੀ ਸੰਡੂ ਹੋ ਗਏ। ਇਹ ਦੋ ਤੋਂ ਕਿੰਨੇ ਹੋ ਗਏ? ਤਿੰਨ ਬੱਚੇ, ਤਿੰਨ ਹੋ ਗਏ, ਤਿੰਨ ਤੋਂ ਚਾਰ ਹੋ ਗਏ, ਚਾਰ ਤੋਂ ਛੇ ਹੋ ਗਏ, ਅੱਗੇ ਕਿੰਨੀ ਰਿਸ਼ਤੇਦਾਰ ਵਰਗੀ, ਫਿਰ ਮਰਨੇ ਸ਼ੁਰੂ ਹੋਏ, ਇੱਕ ਗਿਆ ਗਿਆ ਅਤੇ ਜਾ ਗਿਆ। ਆਪਾਂ ਟ੍ਰੇਨ ਦੇ ਉੱਤੇ ਸਫ਼ਰ ਕਰ ਰਹੇ ਹਾਂ, ਕਿੰਨੇ ਮੁਸਾਫ਼ਰ ਸਾਨੂੰ ਮਿਲਦੇ ਨੇ ਰਸਤੇ 'ਚ, ਉਹ ਤੈਂ ਕਿੱਥੇ ਜਾਣਾ, ਤੈਂ ਕਿਤੇ ਜਾਣਾ। ਜਦੋਂ ਅਸੀਂ ਟ੍ਰੇਨ 'ਤੇ ਆਪਣੀ ਸੀਟ ਫੜਦੇ ਹਾਂ, ਉਦੋਂ ਵੀ ਹੱਸ ਕੇ ਫੜਦੇ ਹਾਂ, ਕੀ ਗੱਲ, ਤੁਸੀਂ ਬੋਲਦੇ ਕਿਉਂ ਨਹੀਂ? ਅਤੇ ਜਦੋਂ ਸਟੇਸ਼ਨ ਆ ਜਾਂਦਾ ਤਾਂ ਸੀਟ ਹੱਸ ਕੇ ਹੀ, ਹਾਂਜੀ ਅਸੀਂ ਇੱਥੇ ਰੋਂਦੇ ਆਉਂਦੇ ਹਾਂ ਅਤੇ ਰੋਂਦੇ ਹੀ ਜਾਂਦੇ ਹਾਂ। ਮਹਾਂਪੁਰਖ ਹੱਸਦੇ ਆਉਂਦੇ ਨੇ ਅਤੇ ਹੱਸਦੇ ਹੀ ਜਾਂਦੇ, ਹੋਰ ਗਿਆਨ ਦਾ ਕੀ ਫਰਕ ਕੀ ਹੈ? ਇੰਨਾ ਹੀ ਨਹੀਂ, ਜਗ ਜੀਵਨ ਕੈਸਾ ਸੁਪਨੇ ਜੈਸਾ ਸੰਸਾਰ, ਕਹਿੰਦੇ ਨੇ ਐਸਾ ਹੈ ਸੁਪਨੇ ਵਰਗਾ। ਉਹ ਖੈਰ ਗੁਰੂ ਕੀ ਸੰਗਤ, ਜਰਾ ਧਿਆਨ ਦੇਣਾ ਪਵੇਗਾ, ਜੇ ਕਿੰਨੇ ਮੁਸਾਫ਼ਰ ਮਿਲਦੇ ਨੇ, ਉਹ ਕਹਿੰਦੇ ਗੱਲਾਂ ਬਾਤਾਂ ਚੱਲ ਪੈਂਦੀਆਂ, ਕਿੱਥੇ ਜਾਣਾ ਕਿੱਥੇ ਜਾਣਾ। ਜਿੱਥੇ ਜਿੱਥੇ ਕਿਸੇ ਦਾ ਸਟੇਸ਼ਨ ਆਉਂਦਾ, ਉੱਥੇ ਉੱਥੇ ਉਹ ਉਤਰਦੇ ਜਾਂਦੇ ਹਨ। ਇਸੀ ਤਰ੍ਹਾਂ ਜਿਹੜੇ ਸੱਤ ਪੁਰਸ਼ ਨੇ ਸੰਸਾਰ ਨੂੰ ਐਸਾ ਹੀ ਸਮਝਦੇ ਹਨ। ਖੈਰ, ਔਰ ਵਿਚਾਰ, ਉਹ ਕਹਿਣ ਲੱਗਾ ਜੀ ਐਸਾ ਤਮਾਸ਼ਾ ਦਿਖਾਓ, ਹੋਵੇ ਕੁਛ ਨਾ ਅਤੇ ਵੇਖਣ ਨੂੰ ਸਭ ਕੁਝ ਹੋਵੇ, ਸਭ ਕੁਝ ਹੋਵੇ ਕੁਛ ਨਾ। ਸਰਕਾਰ ਐਸਾ ਹੀ ਦਿਖਾਵਾਂਗੇ? ਕਹਿੰਦੇ ਵੈਸੇ ਦਿਖਾਓ, ਹੋਰ ਕੀ ਦੇਖਣਾ ਚਾਹੁੰਦੇ? ਕਹਿੰਦਾ ਵੈਸੇ ਮੈਨੂੰ ਦੇਵਤਿਆਂ ਦੇ ਦਰਸ਼ਨਾਂ ਦਾ ਬੜਾ ਸ਼ੌਂਕ ਹੈ। ਇੱਕ ਵਾਰੀ ਕਹਿ ਦੇ ਵੈਰ, ਇੱਕ ਵਾਰੀ ਫਿਰ ਕਹਿ ਦੇ ਵੈਰ, ਕਹਿੰਦਾ ਮੈਨੂੰ ਦੇਵਤਿਆਂ ਦੇ ਦਰਸ਼ਨਾਂ ਦਾ ਬੜਾ ਖੁਸ਼ ਬੜਾ ਸ਼ੌਂਕ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਐਸਾ ਹੀ ਹੋਗਾ। ਉਹਨੇ ਇੱਕ ਰੱਸੀ ਖਿੱਚੀ ਸੀ, ਉਹਦੇ ਡੋਰੀ ਖਿੱਚੀ, ਉਹਨੇ ਜਾਦੂ ਤਰੀਕੇ ਨਾਲ ਔਰਤ ਪੈਦਾ ਕੀਤੀ। ਕਹਿੰਦਾ ਮੇਰੀ ਘਰ ਵਾਲੀ ਦਾ ਖਿਆਲ ਰੱਖਿਓ। ਇੱਕ ਵਾਰੀ ਕਹਿ ਦੇ ਵੈਰ, ਸਾਧੋ ਜਗ ਭਰਮ, ਭਰਮ ਦਾ ਨਾਂ ਸੰਸਾਰ ਹੈ। ਰਾਤ ਦੇ ਸਮੇਂ ਆਪਾਂ ਘਰ ਜਾਂਦੇ ਹਾਂ, ਅੰਦਰ ਕੀ ਹੈ, ਉਹ ਕੋਈ ਰੱਸੀ ਪਈ ਹੋਵੇ ਅਤੇ ਸੜੀ ਹੋਵੇ, ਰੱਸੀ ਹੋਵੇ ਸੜੀ, ਆਪਾਂ ਕਦੀ ਉੱਧਰ ਦੌੜਦੇ ਹਾਂ, ਕਦੇ ਉੱਧਰ ਦੌੜਦੇ ਹਾਂ, ਉੱਧਰ ਦੌੜਦੇ, ਉਹ ਸੱਪ ਆ, ਉਹ ਸੱਪ ਆ, ਉਹ ਸੱਪ ਆ, ਕੀ ਗੱਲ, ਦੌੜਦੇ ਨਹੀਂ ਕਦੇ? ਕੀ ਕਰਦੇ, ਕਦੇ ਡੰਡਾ ਲੱਭਦੇ, ਡਾਂਗ ਲੱਭਦੇ, ਉਹ ਖੈਰ ਅੰਦਰ ਹੀ ਵੜਦੇ। ਉਹ ਦਿਨ ਦੇ ਸਮੇਂ ਜਿਹੜੇ ਘਰ ਦੇ ਮੈਂਬਰ ਨੇ ਦੇਖੇ, ਕੀ ਗੱਲ ਹੈ ਤੁਸੀਂ ਬਾਪੂ ਬਾਹਰ ਖੜ੍ਹੇ ਹੋ, ਮੰਮੀ ਬਾਹਰ ਖੜ੍ਹੇ, ਉਹ ਸੱਪ ਪੁੱਤ, ਉਹ ਬਾਪੂ ਸੱਪ ਕਰਨ, ਉਹਦਾ ਰੱਸੀ ਪਈ ਹੈ ਸੜੀ, ਇਹ ਕੋਈ ਕਹਿੰਦੇ ਪੈ।
ਉਹਦੇ ਰੱਸੀ ਸੜੀ ਪਈ ਹੈ, ਤੁਸੀਂ ਐਵੇਂ ਡਰੀ ਜਾਂਦੇ। ਇਸ ਤਰ੍ਹਾਂ ਸੱਤ ਪੁਰਸ਼ਾਂ ਨੇ ਸੰਸਾਰ ਨੂੰ ਦੇਖਿਆ ਹੁੰਦਾ ਹੈ। ਉਹ ਕਹਿੰਦਾ ਮੇਰੀ ਇਸਤਰੀ ਦਾ ਖਿਆਲ ਰੱਖਿਓ, ਕਹਿਣ ਲੱਗਾ ਜੀ, ਉਹ ਕਹਿੰਦੀ ਮੈਂ ਬਹੁਤ ਪਤੀਵਰਤਾ। ਰਾਜਾ ਕਹਿੰਦਾ ਕੋਈ ਗੱਲ ਨਹੀਂ, ਅਗਰ ਤੂੰ ਪਤੀਵਰਤਾ ਹੈ ਤਾਂ ਮੈਂ ਤੁਝੇ ਆਪਣੀ ਬੇਟੀ ਔਰ ਬਹਿਨੋਂ ਕੀ ਤਰ੍ਹਾਂ ਰੱਖੂੰਗਾ। ਉਹ ਰਾਣੀਆਂ ਦੀ ਡਿਊਟੀ ਲਾਤੀ ਗਈ ਅਤੇ ਉਹਨੂੰ ਇੱਕ ਮਹਿਲ 'ਚ ਲੈ ਗਈ। ਜਦੋਂ ਮਹਿਲ 'ਚ ਲੈ ਗਏ ਅਤੇ ਮੁੱਕਦੀ ਗੱਲ ਕੀ, ਉਹ ਜਾਦੂ ਉਹਨੇ ਮਦਾਰੀ ਨੇ ਰੱਸੀ ਖਿੱਚੀ ਅਤੇ ਰੱਸੀ ਖਿੱਚ ਕੇ ਉੱਪਰ ਚਲਾ ਗਿਆ। ਰੱਸੀ ਬੜੀ ਲੰਬੀ ਕਰਤੀ। ਉਹ ਖੇਡ ਦੇਖੋ ਇੱਕ ਮਦਾਰੀ ਦੀ ਖੇਡ, ਵਾਹਿਗੁਰੂ ਦੇ ਸਾਹਮਣੇ ਤਾਂ ਮਦਾਰੀ ਕੁਛ ਵੀ ਨਹੀਂ ਹੈ, ਆਵਣ ਜਾਣ ਇੱਕ ਖੇਡ ਬਣਾਇਆ। ਆਗਿਆ ਕਰੀ ਸਭ ਕੇ ਮੱਧ ਲਿਪਤੋਰ। ਖੈਰ ਗੁਰੂ ਕਿਸਾਨ ਜੀ ਰੱਸੀ ਖਿੱਚੀ, ਬੜੀ ਲੰਬੀ ਰੱਸੀ ਖਿੱਚੀ, ਉਹ ਰੱਸੀ ਚੜ੍ਹ ਕੇ ਉੱਪਰ ਚਲਾ ਗਿਆ। ਉੱਤੇ ਜਾ ਕੇ ਗੜਗੜਾਹਟ ਪੈਦਾ ਕੀਤੀ ਜਿਵੇਂ ਬੱਦਲ ਗਰਜਦੇ ਨੇ। ਦੇਖੋ ਰਾਜਨ, ਅਬ ਮੈਂ ਆਪਕੋ ਦੇਵਤਾਓਂ ਕੇ ਸਾਥ ਜੰਗ ਕਰਕੇ ਇਹਨਾਂ ਦੇਵਤਾਓਂ ਕੇ ਦਰਸ਼ਨ ਕਰਾਊਂਗਾ। ਜੇ ਮੰਨਤੇ ਨਹੀਂ, ਮੈਂ ਆਪਨੇ ਕਿਹਾ ਕਿ ਦੇਵਤਾਓਂ ਕੇ ਦਰਸ਼ਨ ਕਰਾਓ, ਮੈਂ ਆਪਕੋ ਦਰਸ਼ਨ ਕਰਾਊਂਗਾ। ਉਤੋਂ ਜੰਗ ਹੋਇਆ। ਅਬ ਦੇਖੋ ਮੈਨੇ ਮੇਘ ਦੇਵਤਾ ਕੋ ਮਾਰ ਗਿਰਾਇਆ ਹੈ। ਮੇਘ ਦੇਵਤਾ ਕਹਿੰਦੇ ਬੱਦਲਾਂ ਨੂੰ, ਮੇਘ ਦੇਵਤਾ ਉਹਦਾ ਪਹਿਲਾਂ ਲੱਤਾਂ ਡਿੱਗੀਆਂ, ਫਿਰ ਹੱਥ ਡਿੱਗੇ, ਫਿਰ ਗਰਦਨ ਡਿੱਗੀ। ਰਾਜਾ ਕਹਿੰਦਾ ਬਈ ਹੈ ਦੇਖੋ ਰਾਜਨ, ਆ ਮੈਨੇ ਅਗਨ ਦੇਵਤਾ ਕੋ ਮਾਰ ਗਿਰਾਇਆ, ਉਹਦੀ ਗਰਦਨ ਡਿੱਗੀ, ਤਾਂ ਡਿੱਗ ਗਿਆ। ਔਰ ਰਾਜਾ ਵਜ਼ੀਰਾਂ ਨੂੰ ਕਹਿੰਦਾ ਬਈ, ਕਹਿੰਦਾ ਬਈ ਮਾਫ ਕਰਨਾ, ਦੇਖੋ ਬਈ ਮਦਾਰੀ ਕਿੰਨਾ ਬਹਾਦਰ ਹੈ। ਫਿਰ ਕਰਦੇ 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 ਮੈਨੇ ਪੌਣ ਦੇਵਤਾ ਕੋ ਮਾਰ ਕਰਾਇਆ, ਹਜ਼ਾਰਾਂ ਹੀ ਦੇਵਤੇ ਮਾਰ ਕੇ ਸੁੱਟਤੇ। ਉਹ ਕਰਦੇ 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 ਮੁੱਕਦੀ ਗੱਲ ਕੀ ਸਾਧ ਸੰਗਤ ਜੀ, ਉਹ ਖੀਰ ਤੇ ਨਾ ਉਹ ਮਦਾਰੀ ਦਾ ਵੀ ਸਹੀ ਡਿੱਗ ਪਿਆ। ਇੱਕ ਵਾਰੀ ਕਹਿੰਦੇ ਪਿਆ ਉਹ ਰਾਜਾ ਕਹਿੰਦਾ ਮਦਾਰੀ ਮਰ ਗਿਆ, ਮਦਾਰੀ ਮਰ ਗਿਆ। ਮਦਾਰੀ ਬੜਾ ਬਹਾਦਰ ਸੀ ਜੀ, ਮਦਾਰੀ ਬੜਾ ਬੜਾ ਬਹਾਦਰ ਸੀ, ਬੜੇ ਬੜੇ ਦੇਵਤਿਆਂ ਨਾਲ ਜੰਗ ਕੀਤਾ, ਦੇਵਤੇ ਮਾਰ ਗਿਰਾਏ, ਮੁੱਕਦੀ ਗੱਲ ਕੀ। ਹੁਣ ਉਹਦੀ ਮਦਾਰੀ ਦੇ ਘਰ ਵਾਲੀ ਨੂੰ ਦੱਸਿਆ ਗਿਆ ਜਿਹੜੀ ਮੈਂ ਰਾਜੇ ਦੇ ਮਹਿਲ 'ਚ ਬੈਠੀ ਸੀ, ਮੁੱਕਦੀ ਗੱਲ ਕੀ। ਉਹਨੂੰ ਸੱਦਿਆ ਗਿਆ ਵੀ ਤੇਰਾ ਤਾਂ ਪਤੀ ਮਰ ਗਿਆ, ਉਹ ਉੱਚੀ ਉੱਚੀ ਰੋਂਦੀ ਹੈ। ਉਹ ਕਹਿਣ ਲੱਗੀ ਵੀ ਇਹਦਾ ਸੰਸਕਾਰ ਕਰਨਾ। ਇੱਕ ਵਾਰੀ ਕਹਿੰਦੇ ਪੈਰ, ਇੱਕ ਵਾਰੀ ਕਹਿ ਰਹੇ ਸੰਸਕਾਰ ਕਰਨਾ। ਉਹ ਕਹਿੰਦੀ ਮੈਂ ਇਹਦੇ ਨਾਲ ਸੜੂੰਗੀ। ਹੁਣ ਮਦਾਰੀ ਥੋੜ੍ਹਾ ਦਿਮਾਗ ਲੜਾਇਆ ਜਰਾ ਥੋੜ੍ਹਾ ਜਿਹਾ, ਉਹ ਕਹਿੰਦੀ ਮੈਂ ਤਾਂ ਇਹਦੇ ਨਾਲ ਹੀ ਸੜ ਕੇ ਮਰੂੰਗੀ। ਉਹ ਰਾਜਾ ਕਹਿੰਦਾ ਤੂੰ ਸੜ ਕੇ ਨਾ ਮਰ, ਮੈਂ ਤੈਨੂੰ ਆਪਣੀ ਬੇਟੀ ਵਾਂਗੂ, ਆਪਣੀ ਭੈਣ ਵਾਂਗੂ ਰੱਖਾਂਗਾ। ਕਹਿੰਦੀ ਨਾ ਨਾ ਨਾ। ਖੈਰ ਮਦਾਰੀ ਦੀ ਚਿਖਾ ਬਲਦੀ ਸੀ ਪਈ, ਅਤੇ ਉਸ ਤੋਂ ਬਾਅਦ ਬਲਦੀ ਚਿਖਾ ਦੇ ਵਿੱਚ ਮਦਾਰੀ ਦੇ ਘਰ ਵਾਲੇ ਨੇ ਵੀ ਛਾਲ ਮਾਰਤੀ, ਉਹ ਵੀ ਸੜ ਗਈ। ਉਹ ਜਦੋਂ 10 ਕੁ ਮਿੰਟ ਗੁਜ਼ਰੇ ਮਦਾਰੀ ਉੱਤੋਂ ਥੱਲੇ ਆ ਗਿਆ, ਮਦਾਰੀ ਉੱਤੋਂ ਆ ਗਿਆ। ਕਹਿੰਦਾ ਸਰਕਾਰ ਸਰਕਾਰ, ਕਹਿੰਦਾ ਤਮਾਸ਼ਾ ਕੈਸਾ ਲਗਾ। ਕਹਿੰਦਾ ਤੂੰ ਤਾਂ ਮਰ ਗਿਆ ਸੀ। ਕਹਿੰਦਾ ਮੈਂ ਕਿੱਥੇ ਮਰ ਗਿਆ, ਮੈਂ ਤੇਰੇ ਕੋਲ ਖੜਾ। ਹਾਂਜੀ, ਕਹਿੰਦਾ ਮੈਂ ਤਾਂ ਤੇਰੇ ਕੋਲ ਖੜਾ। ਮੁੱਕਦੀ ਗੱਲ ਕੀ ਰਾਜਾ, ਉਹ ਕਹਿੰਦਾ ਵੀ ਤੂੰ ਤਾਂ ਮਰ ਗਿਆ ਸੀ, ਤੇਰੇ ਦਾ ਸੰਸਕਾਰ ਕਰਤਾ। ਉਹ ਕਹਿਣ ਲੱਗਾ ਮੇਰਾ ਤਮਾਸ਼ਾ ਕੈਸਾ ਲੱਗਾ। ਕਹਿੰਦਾ ਮੇਰਾ ਇਨਾਮ ਦਿਓ। ਕਹਿੰਦਾ ਇਨਾਮ ਤਾਂ ਤੇਰਾ ਦੇ ਦਾਂਗੇ, ਤੂੰ ਆ ਗਿਆ, ਤੂੰ ਕਹਿੰਦਾ ਤਮਾਸ਼ਾ। ਕਹਿੰਦਾ ਨਾਲੇ ਕਹਿੰਦਾ ਮੇਰੇ ਘਰ ਵਾਲੀ, ਕਹਿੰਦਾ ਤੇਰੀ ਘਰ ਵਾਲੀ ਮੈਂ ਕਿੱਥੋਂ ਦਊਂਗਾ। ਉਹ ਤਾਂ ਸੜ ਗਈ, ਉਹ ਤਾਂ ਤੇਰਾ ਸੜ ਕੇ ਫੁੱਕ ਕੇ ਮਰ ਗਈ, ਤੇਰੇ ਘਰ ਵਾਲੀ ਕਿੱਥੋਂ ਦਊਂਗਾ ਤੈਨੂੰ ਮੈਂ। ਉਹ ਕਹਿਣ ਲੱਗਾ ਸਰਕਾਰ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੇਰੀ ਔਰਤ ਦਾ ਖਿਆਲ ਰੱਖੀ। ਉਹ ਕਹਿੰਦਾ ਤੂੰ ਮਰ ਗਈ, ਉਹ ਤਾਂ ਤੇਰੇ ਨਾਲ ਸੜ ਗਈ, ਤੂੰ ਜਿਉਂਦਾ ਹੋ ਕੇ ਪਤਾ ਨਹੀਂ ਕਿੱਥੋਂ ਆ ਗਿਆ, ਉਹ ਤਾਂ ਸੜ ਕੇ ਮਰ ਗਈ। ਉਹ ਕਹਿੰਦਾ ਮੈਂ ਤਾਂ ਮਰਿਆ ਹੀ ਨਹੀਂ। ਕਹਿੰਦਾ ਤੂੰ ਨਹੀਂ ਮਰਿਆ ਪਰ ਉਹ ਤਾਂ ਸੜ ਕੇ ਮਰ ਗਈ, ਅਸੀਂ ਆਪ ਸੰਸਕਾਰ ਕੀਤਾ ਸੀ ਤੇਰਾ, ਇਹ ਕੀ ਹੈ। ਉਸ ਮੌਕੇ ਸਤਸੰਗ ਜੀ, ਉਹ ਕਹਿੰਦਾ ਰਾਜਨ ਅਸਲ 'ਚ ਮੇਰੇ ਘਰ ਵਾਲੀ ਸੀ ਬੜੀ ਖੂਬਸੂਰਤ, ਤੂੰ ਹੋ ਗਿਆ ਸੀ ਉਹਦੀ ਸੁੰਦਰਤਾ ਦੇ ਬੇਈਮਾਨ। ਹੁਣ ਕਹਿੰਦੇ ਇੱਜ਼ਤਦਾਰ ਬੰਦਿਆਂ ਨੂੰ ਮਾਫ ਕਰਨਾ, ਉਹ ਤਾਂ ਚੱਕਰ ਸੁੱਟ ਦਿੱਤਾ ਜਾਵੇ। ਉਹ ਪਿਛਲੇ ਸਮਿਆਂ ਦੇ ਵਿੱਚ ਇੱਕ ਐਸਾ ਸਮਾਂ ਵੀ ਕੱਟਣਾ ਪਿਆ, ਉਹ ਵਿਚਾਰੇ ਕਿਆ ਕਰੇ ਸਤਸੰਗ ਜੀ, ਉਹ ਵਿਚਾਰੇ ਕਿਆ ਕਰੇ, ਇਹੋ ਜਿਹਾ ਸਮੇਂ 'ਚ ਲੰਘਣਾ ਪਿਆ। ਕੋਈ ਗੱਲ ਨਹੀਂ ਬਾਈ, ਮਾਂ ਦੂ ਸੋ ਪ੍ਰਭ ਦੇਵਣ ਹਾਰ ਅਵਰ ਤਿਆਗ ਤੂੰ ਤੇ ਸਿਰ ਚਿਤਾ। ਇਹ ਬੜੀ ਕਹਿ ਦੇ ਬਹਿਰੂ ਕਹਿ ਰਿਹਾ, ਮਦਾਰੀ ਨੂੰ ਕਹਿ ਰਿਹਾ ਮੈਂ ਮੇਰੇ ਕੋਲ ਜਿੰਨੀ ਮਰਜ਼ੀ ਜਿਹਦੀ ਮਰਜ਼ੀ ਕਸਮ ਖਵਾ ਲੈ, ਮੈਨੂੰ ਕੁਛ ਨਹੀਂ ਕਿਹਾ, ਮੈਨੂੰ ਕੁਛ ਨਹੀਂ ਕਿਹਾ। ਆਪਣੀਆਂ ਰਾਣੀਆਂ ਦੀ ਡਿਊਟੀ ਲਾਈ, ਉੱਥੇ ਦੂਜਾ ਬੰਦਾ ਗਿਆ ਹੀ ਨਹੀਂ। ਉਹ ਜਦੋਂ ਵੱਧ ਘੱਟ ਉਦੋਂ ਫਿਰ ਦੇਖਿਆ, ਉਸ ਮੌਕੇ ਮਦਾਰੀ ਨੇ ਦੇਖਿਆ ਵੀ ਰਾਜਾ ਹੁਣ ਬਹੁਤ ਘਬਰਾਹਟ ਚਲਾ ਗਿਆ। ਉਹਨੇ ਫਿਰ ਉਹ ਰੱਸੀ ਖਿੱਚੀ, ਉਹ ਜਾਦੂ ਦੀ ਇਸਤਰੀ ਸੀ। ਇੱਕ ਵਾਰੀ ਕਹਿ ਦੇ ਬਹਿਰੂ, ਉਹ
ਮਦਾਰੀ ਕਹਿੰਦਾ ਦੱਸੋ ਤਮਾਸ਼ਾ ਕੈਸਾ ਲੱਗਾ? ਕਹਿੰਦਾ ਇਸਤਰੀ ਕਿੱਥੇ ਲੱਗੀ? ਕਹਿੰਦਾ ਉਹ ਤੂੰ ਆਪੇ ਆਖਿਆ ਸੀ ਕਿ ਇਹੋ ਜਿਹਾ ਤਮਾਸ਼ਾ ਦਿਖਾ ਜਿਹੜਾ ਹੋਵੇ ਸਭ ਵੇਖਣ ਨੂੰ ਸਭ ਕੁਛ ਹੋਵੇ ਤੇ ਹੋਵੇ ਕੁਛ ਨਾ। ਆਖਿਆ ਰਾਜਨ ਇਹ ਸੰਸਾਰ ਇਹ ਵੇਖਣ ਨੂੰ ਹੀ ਭਾਸਦਾ ਹੈ, ਸਤਿ ਸ਼੍ਰੀ ਅਕਾਲ, ਇਹ ਵੇਖਣ ਨੂੰ ਹੀ ਭਾਸਦਾ ਹੈ ਔਰ ਹੈ ਇਹ ਅਸਲ ਵਿੱਚ ਕੁਛ ਵੀ ਨਹੀਂ। ਤਦੇ ਪਾਤਸ਼ਾਹ ਕਹਿੰਦੇ ਹਨ ਸਾਸੰਗ ਜਗ ਰਚਨਾ ਸਭ ਝੂਠੀ ਗੱਲ ਸੱਚੀ ਹੋ ਸਕਦੀ ਕਿਧਰੇ? ਤੁਸੀਂ ਬੋਲਦੇ ਕਿ ਜਗ ਰਚਨਾ ਸਭ ਝੂਠ ਹੈ ਜਾਂ ਨਿਰਮੀਤ? ਖੈਰ ਮਾਕਮ ਕੋ ਨਾਨਕ ਨਾਰੇ ਜੋ ਬਾਲੂ ਕੀ ਵੀਰ, ਖੈਰ ਗੁਰੂ ਕੀ ਸੰਗਤ ਫਿਰ ਸਿਮਰਨ ਕਰਦੇ ਕਹਿੰਦੇ ਤਦੇ ਭਗਤ ਪੀਪੇ ਨੂੰ ਪੁੱਛਿਆ ਸੀ ਸੰਸਾਰ, ਕਹਿੰਦੇ ਸੰਸਾਰ ਕੌਣ? ਕਹਿੰਦਾ ਸੰਸਾਰ ਹੈਗਾ ਕਹਿੰਦੇ ਭਾਈ, ਅਸਲ ਵਿੱਚ ਉੱਥੇ ਪਹੁੰਚ ਗਏ ਸਨ। ਕਹਿੰਦੇ ਰੱਬ ਦੀ ਸੌਂਹ ਖਾ ਕੇ ਕਹਿੰਦਾ ਰਾਮ ਕੀ ਦੁਹਾਈ, ਨਾ ਕੋ ਆਇਬੋ ਨਾ ਕੋ ਜੈਬੋ, ਰਾਮ ਕੀ ਦੁਹਾਈ ਨਾ ਕੋ ਆਇਬੋ ਨਾ ਕੋ ਜੈਬੋ, ਰਾਮ ਕੀ ਦੁਹਾਈ ਰੱਬ ਦੀ ਸੌਂ ਖਾ ਕੇ ਕਹਿੰਦਾ ਨਾ ਕੀ ਆਉਂਦਾ ਨਾ ਕੀ ਜਾਂਦਾ। ਸਤ ਸਮਨ ਕਰਦਾ ਕਰਦਾ ਇੱਕ ਸਟੇਜ ਐਸੀ ਆਉਂਦੀ ਹੈ, ਛੋਟੀਆਂ ਨਾ ਜਾਏ ਜੀ, ਛੋਟੀਆਂ ਨਾ ਜਾਏ ਜੀ, ਛੋਟੀਆਂ ਨਾ ਜਾਏ ਜੀ, ਛੋਟੀਆਂ ਨਾ ਜਾਏ ਜੀ, ਸਹਿਜ ਸਮਾਨਾ ਪੀਤ ਰਹਿ, 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 ਤਮਾਸ਼ਾ ਜੀ ਪੂਰਨ ਆਸਾ ਜੀ ਪੂਰਨ ਆਤਾ, ਰੰਗ ਤਮਾਸ਼ਾ ਜੀ ਪੂਰਨ ਆਤਾ ਜੀ ਪੂਰਨ ਆਤਾ, ਰੰਗ ਤਮਾਸ਼ਾ ਜੀ ਪੂਰਨ ਆਪਾ ਪੂਰਨ ਆਪਾ, ਰੰਗ ਤਮਾਸ਼ਾ ਜੀ ਪੂਰਨ ਕਬੂਲਾ ਵਿਆਪੇ ਚਿੰਤਾ ਪਿਆਰੇ, ਕਬੂਲਾ ਵਿਆਪੇ ਚਿੰਤਾ ਪਿਆਰੇ, ਵਿਆਪੇ ਚਿੰਤਾ ਪਿਆਰੇ, ਕਬੂਲਾ 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 ਵਿਆਪੇ ਚਿੰਤਾ ਪਿਆਰੇ, ਪੂਰਨ ਆਤਾ ਪੂਰਨ ਰੰਗ ਤਮਾਸ਼ਾ ਜੀ ਪੂਰਨ ਆਤਾ ਪੂਰਨ ਆਤਾ, ਤਮਾਸ਼ਾ ਜੀ ਰੰਗ ਤਮਾਸ਼ਾ ਜੀ ਪੂਰਨ ਰੰਗ ਤਮਾਸ਼ਾ ਪੂਰਨ ਆਸਾ ਕਬੂਲਾ ਵਿਆਪੈ ਚਿੰਤਾ ਵਿਆਹ ਸ਼ਾਦੀ ਦੇ ਪੜਦੇ ਨੇ ਵਿਆਹ ਅਮਰ ਬਾਬਲਾ ਬਾਣੀ ਦੋ ਕਾਰ ਸਦਕ ਸਿੱਧ ਕਰਦੀ ਇੱਕ ਸਵਾਰਥ ਦੁਨੀਆਂ ਦੇ ਕਾਰ ਵਿਹਾਰ ਵੀ ਵਿਆਹ ਸ਼ਾਦੀਆਂ ਅਸੀਂ ਕਰਦੇ ਹਾਂ ਦੂਜਾ ਨੰਬਰ ਤੇ ਅਸਲ ਵਿੱਚ ਵਿਆਹੋ ਮੇਰੇ ਬਾਬਲਾ
ਕਮਲਾ ਗੁਰਮੁਖੇ ਹਰ ਪਾਇਆ ਹੋਆ ਮੇਰੇ ਵਿਆਹ ਹੋਆ ਮੇਰੇ ਭਾਬਲਾ ਗੁਰਮੁਖੇ ਹਰ ਪਾਇਆ ਗਿਆਨ ਅੰਧੇਰਾ ਕੱਟਿਆ ਵਾਹਿਗੁਰੂ ਰੂਪੀ ਪਤੀ ਨੂੰ ਪਾਲਿਆ ਅਗਿਆਨ ਦਾ ਹਨੇਰਾ ਕੱਟਿਆ ਗਿਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪਰ ਝੰਡ ਬੁਲਾਇਆ ਬੜਿਆ ਗੁਰ ਗਿਆਨ ਅੰਧੇਰਾ ਬਿਨਸਿਆ ਗਿਆਨ ਦਾ ਸੂਰਜ ਖਿਰਦਾ ਵਿੱਚ ਜਗ ਪਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਦੇ ਰਬਸਿਆ ਹਰ ਰਤਨ ਪਦਾਰਥ ਲਾਤਾ ਅਕਾਲ ਪੁਰਖ ਪਰ ਪਾਇਆ ਬਨਾਤੀ ਕਬੀਰ ਜੀ ਕਹਿੰਦਾ ਕਹੋ ਕਬੀਰ ਮੋਹ ਵਿਆਹੇ ਚੱਲੇ ਹੈ ਕਹੋ ਕਬੀਰ ਮੋਹ ਵਿਆਹੇ ਚੱਲੇ ਹੈ ਕਹੋ ਕਬੀਰ ਮੋਹ ਵਿਆਹੇ ਚੱਲੇ ਹੈ ਅੜੋ ਕਹੋ ਕਬੀਰ ਮੋਹ ਵਿਆਹੇ ਚੱਲੇ ਹੈ ਇੱਕ ਪੁਰਖ ਭਗਵਾਨਾ ਕਹੋ ਕਬੀਰ ਮੋਹ ਕਹੋ ਕਬੀਰ ਮੋਹ ਵਿਆਹੇ ਚੱਲੇ ਹੈ ਕਹਿੰਦਾ ਕਹੋ ਕਬੀਰ ਮੋਹ ਵਿਆਹ ਚੱਲੇ ਹੈ ਕਹਿੰਦੇ ਮੈਨੂੰ ਵਿਆਹ ਕਰ ਲੈ ਚੱਲਿਆ ਕੌਣ ਕਹਿੰਦਾ ਇੱਕ ਪੁਰਖ ਭਗਵਾਨਾ ਪਰਮੇਸ਼ਰ ਮੈਨੂੰ ਕਹਿੰਦਾ ਮੇਰਾ ਵਿਆਹ ਪਰਮੇਸ਼ਰ ਨਾਲ ਹੀ ਹੋ ਗਿਆ ਇੱਕ ਵਾਰੀ ਕਹਿ ਦੇ ਵਾਹਿਗੁਰੂ ਇੱਕ ਵਾਰੀ ਫੇਰ ਕਹਿ ਦੇ ਵਾਹਿਗੁਰੂ ਮੁੱਕ ਦੀ ਗੱਲ ਕੀ ਜਿਵੇਂ ਜੇਠ ਹੌੜ ਦਾ ਮਹੀਨਾ ਹੋਵੇ ਕੜਕ ਦੀ ਧੁੱਪ ਹੋਵੇ ਤੇ ਸਤ ਸੰਗ ਜੀ ਸਿਰ ਤੇ ਸਾਢੇ ਤਿੰਨ ਮਨ ਦੀ ਪੰਡ ਚੱਕੀ ਹੋਵੇ ਕਿਹਦਾ ਦਿਲ ਨਹੀਂ ਕਰਦਾ ਕਿਤੇ ਪੰਡ ਨੂੰ ਸੱਟ ਕੇ ਘੜੀਆਂ ਮੈਂ ਆਰਾਮ ਕਰ ਲਵਾਂ ਇੱਕ ਵਾਰੀ ਕਹਿ ਦੇ ਬਾਹਰ ਜਲ ਮੈਂ ਕੁੰਭ ਕੁੰਭ ਮੈਂ ਪਾਣੀ ਦਰਿਆ ਹੈ ਜੀ ਦਰਿਆ ਦੇ ਵਿੱਚ ਘੜਾ ਹੈ ਘੜੇ 'ਚ ਪਾਣੀ ਹੈ ਉਹ ਪਾਣੀ ਘੜੇ ਜਿਹੜਾ ਪਾਣੀ ਹੈ ਉਹ ਵੀ ਪਾਣੀ ਹੈ ਦਰਿਆ 'ਚ ਵੀ ਪਾਣੀ ਹੈ ਪਰ ਉਹ ਪਾਣੀ ਜਿਹੜਾ ਘੜੇ 'ਚ ਹੈ ਉਹ ਓਨੇ ਚਿਰ ਹੀ ਦਰਿਆ ਦੇ ਪਾਣੀ ਤੋਂ ਜੁਦਾ ਹੈ ਜਿੰਨੇ ਚਿਰ ਉਹ ਘੜਾ ਹੈ ਪਰ ਕੀ ਫੁੱਟ ਜਦੋਂ ਜਿਹੜਾ ਧਿਆਨ ਦੇਣਾ ਪਵੇਗਾ ਫੂਟਾ ਕੁੰਭ ਸਾਰੇ ਪੜੋ ਫੂਟਾ ਕੁੰਭ ਫਿਰ ਪਿਓ ਪਾਣੀ ਦਾ ਪਾਣੀ ਜਦੋਂ ਸਤ ਸੰਗ ਜੀ ਉਹ ਘੜਾ ਟੁੱਟ ਜਾਂਦਾ ਫੁੱਟ ਜਾਂਦਾ ਉਹ ਘੜੇ ਦਾ ਪਾਣੀ ਵੀ ਦਰਿਆ ਦੇ ਵਿੱਚ ਮਿਲ ਜਾਂਦਾ ਇਸ ਤਰ੍ਹਾਂ ਜਿੰਨੇ ਚਿਰ ਸਰੀਰ 'ਚ ਰਹਿੰਦਾ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ ਉਹ ਓਨੇ ਚਿਰ ਇਹਨੂੰ ਨਹਾਉਣਾ ਧੋਣਾ ਪੈਂਦਾ ਇਸ਼ਨਾਨ ਕਰਨਾ ਪੈਂਦਾ ਇਹ ਦੇਹ ਦੇ ਵਿੱਚ ਰਹਿੰਦੇ ਹੁੰਦਾ ਮੂਰਤੀ ਹੈ ਕਹਿ ਦਿਓ ਵਾਹਿਗੁਰੂ ਸੋ ਧਨਵੰਤ ਪਤਵੰਤ ਕੁਲਵੰਤ ਜੀਵਨ ਮੁਕਤ ਜਿਸ ਹਿਰਦੇ ਭਗਵਾਨ ਪਰ ਇੱਕ ਐਸਾ ਸਮਾਂ ਉਹਨੂੰ ਦੇਹ ਮੁਕਤ ਕਹਿੰਦੇ ਨੇ ਜਦੋਂ ਸਰੀਰ ਨੂੰ ਛੱਡ ਦਿੰਦਾ ਫਿਰ ਪ੍ਰਭੂ ਦੇ ਵਿੱਚ ਮਿਲ ਕੇ ਦੇਹ ਮੁਕਤ ਜਿੱਥੇ ਫਿਰ ਕਿਹਾ ਬੋਰ ਕਾਏ ਹਮ ਆਵਾਂਗੇ ਹੁਣ ਕਿੱਥੇ ਆਵਾਂਗੇ ਜਦੋਂ ਮਾਲਕ ਦੇ ਵਿੱਚ ਮਿਲ ਗਿਆ ਘਰ ਗੁਰੂ ਕੀ ਸੰਗਤ ਇਸ ਤਰ੍ਹਾਂ ਉਹ ਚਾਹੁੰਦਾ ਇਸ ਪੰਡ ਨੂੰ ਸੱਟ ਕੇ ਮੈਂ ਕੋਈ ਆਰਾਮ ਕਰ ਲਵਾਂ ਫਿਰ ਮਹਾਂਪੁਰਖ ਜਿੱਤੇ ਜਿਹੜੇ ਕਮਾਈਆਂ ਵਾਲੇ ਮਹਾਂਪੁਰਖ ਨੇ ਜਦੋਂ ਸੰਤ ਮਾਰਦਾ ਅੰਤ ਰਾੜੇ ਵਾਲੇ ਸੰਤਾਂ ਦਾ ਅੰਤਮ ਸਮਾਂ ਆਇਆ ਕਹਿੰਦਾ ਥੋੜੇ ਦਿਨ ਦੀ ਗੱਲ ਰਹਿ ਗਈ ਤੁਸੀਂ ਵੀ ਕਦੇ ਸੋਚਿਆ ਕਹਿੰਦਾ ਥੋੜੇ ਦਿਨ ਦੀ ਗੱਲ ਰਹਿ ਗਈ ਹੈ ਆਪਣੇ ਪਿਤਾ ਪਰਮੇਸ਼ੁਰ ਤੋਂ ਜੁਦਾ ਹੋਇਆ ਨੂੰ 70 ਸਾਲ ਹੋ ਗਏ ਕਹਿੰਦੇ ਆਪਣਾ ਘਰ ਆਪਣਾ ਹੀ ਹੁੰਦਾ ਆਪਣਾ ਘਰ ਆਪਣਾ ਹੀ ਹੁੰਦਾ ਮਹਾਂਪੁਰਖ ਕਹਿੰਦੇ ਉਹ ਇੱਕ ਬ੍ਰਹਮ ਗਿਆਨੀ ਕਾਰਕ ਮਹਾਂਪੁਰਸ਼ ਜਿਹਨਾਂ ਨੂੰ ਮੈਂ ਕਹਿ ਦਈਏ ਕਿ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦਾ ਦਰਸ਼ਨ ਰੱਬ ਦਾ ਦਰਸ਼ਨ ਸੀ ਪਰ ਇੱਕ ਤੁਹਾਨੂੰ ਗੱਲ ਦੱਸਾਂ ਸਾਧ ਸੰਗਤ ਜੀ ਸੰਤ ਮਾਰ ਦੇ ਦਰਸ਼ਨ ਕਰਕੇ ਨਾ ਰੱਬ ਦੇ ਦਰਸ਼ਨਾਂ ਦੀ ਇੱਛਾ ਨਹੀਂ ਸੀ ਰਹਿ ਜਾਂਦੀ ਇਹੋ ਜਿਹੇ ਸੰਤ ਕੀ ਕਹਿੰਦੇ ਥੋੜੇ ਦਿਨ ਦੀ ਗੱਲ ਰਹਿ ਗਈ ਹੈ ਕਹਿੰਦੇ ਨੇ ਆਪਣੇ ਪਿਤਾ ਪਰਮੇਸ਼ੁਰ ਤੋਂ ਜੁਦਾ ਹੋਇਆ ਨੂੰ
ਕਹਿੰਦੇ 70 ਸਾਲ ਹੋ ਗਏ ਆਪਣਾ ਘਰ ਆਪਣਾ ਹੀ ਹੁੰਦਾ, ਕਹਿੰਦਾ ਥੋੜੇ ਦਿਨਾਂ ਦੀ ਗੱਲ ਰਹਿ ਗਈ ਹੈ ਆਪਣੇ ਪਿਤਾ ਪਰਮੇਸ਼ਰ ਦੇ ਚਰਨਾਂ ਜਾ ਕੇ ਸਦੀਵੀ ਕਾਲ ਦਾ ਆਨੰਦ ਮਾਣਾਂਗੇ। ਸਤਸੰਗ ਜੀ ਖੈਰ, ਇੱਧਰ ਦਾਸ ਅਰਜ ਕਰ ਰਿਹਾ ਜਿਵੇਂ ਉਹ ਚਾਹੁੰਦਾ ਕਿ ਮੁਕਤੀ ਗੱਲ ਕੀ ਪੰਡ ਸੱਟ ਕੇ ਮੈਂ ਦੋ ਘੜੀਆਂ ਆਰਾਮ ਕਰ ਲਾਂ ਕਿਸੇ ਦਰਖਤ ਦੀ ਛਾਂ ਥੱਲੇ। ਇਹੋ ਜਿਹੀ ਸਟੇਜ ਆਉਂਦੀ ਹੈ ਜਿੱਥੇ ਜਿਹੜੀ ਮੌਤ ਤੋਂ ਸੰਸਾਰ ਡਰਦਾ ਨਾ, ਇਹ ਮੌਤ 'ਤੇ ਫਤਿਹ ਪਾ ਲੈਂਦਾ, ਫਿਰ ਇੰਤਜ਼ਾਰ ਕਰਦਾ, ਇਹ ਵੀ ਗੱਲ ਕਹਿੰਦਾ ਆਓ ਚੱਲੀਏ ਅਮਰ ਸ਼ਹੀਦ ਬਾਬਾ ਦੀਪ ਸਿੰਘ ਕਿਸ ਆਨੰਦ 'ਚ ਲੜਿਆ ਮੈਂ।